ਆਓ ਚੌਥੇ ਜੰਗ ਦੇ ਮਹਾਨ ਇਤਿਹਾਸ ਵੱਲ ਵਧੀਏ, ਜਦੇ ਵਿੱਚ ਪੈਂਦੇ ਖਾਂ ਨਮਕ ਹਰਾਮੀ ਦਾ ਵੱਧ ਕੀਤਾ ਹੈ ਪਾਤਸ਼ਾਹ ਨੇ। ਹੁਣ ਤਿੰਨ ਜੰਗਾਂ ਸ਼ਾਹਜਹਾਨ ਹਾਰ ਗਿਆ ਹੈ ਤੇ ਮੁਸ਼ਕਲ ਇਹ ਖੜੀ ਹੋ ਗਈ ਵੀ ਹੁਣ ਚੌਥੀ ਜੰਗ ਲਈ ਕੋਈ ਤਿਆਰ ਨਹੀਂ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਨੂੰ ਝੁਕਾਇਆ ਜਾ ਨਾ ਸਕਿਆ, ਬੜੀਆਂ ਫੌਜਾਂ ਮਰਵਾ ਲਈਆਂ। ਸ਼ਾਹਜਹਾਨ ਨੇ ਵੰਗਾਰਿਆ ਸੀ ਵੀ ਹੱਦ ਹੋ ਗਈ, ਇੱਕ ਫਕੀਰ ਨਹੀਂ ਢਹਿੰਦਾ ਸਾਡੇ ਕੋਲ। ਉਹ ਖਾਨਦਾਨੀ ਤਲਵਾਰੀਏ ਨੇ ਮੇਰੀ ਫੌਜ ਵਿੱਚ, ਜਿਨ੍ਹਾਂ ਦੀ ਉਮਰ ਤਲਵਾਰ ਤੇ ਢਾਲ ਦੀ ਛਾਂ ਹੇਠ ਲੰਘੀ ਹੈ, ਉਹਨਾਂ ਕੋਲੋਂ ਇੱਕ ਫਕੀਰ ਨਹੀਂ ਢਹਿੰਦਾ। ਲਲਕਾਰਿਆ ਸੀ ਇਸਨੇ। ਇਸ ਜੰਗ ਦੇ ਦਰਮਿਆਨ ਬੀੜਾ ਚੁੱਕਿਆ ਸੀ ਕਾਲੇ ਖਾਂ ਨੇ, ਔਰ ਨਾਲ ਨਮਕ ਹਰਾਮੀ ਪੈਂਦੇ ਖਾਂ ਰਲਿਆ ਸੀ, ਜਿਹੜਾ ਦਾਵਾ ਕਰਦਾ ਸੀ ਵੀ ਗੁਰੂ ਨੇ ਪਹਿਲੀ ਜੰਗ ਮੇਰੇ ਆਸਰੇ ਜਿੱਤੀ ਹੈ, ਗੁਰੂ ਦੇ ਸੂਰਮਿਆਂ ਨੂੰ ਮੈਂ ਤਿਆਰ ਕੀਤਾ ਹੈ, ਜਿੰਨਾ ਵੀ ਬਾਹੂਬਲ ਉਹ ਦਰਸਾਉਂਦੇ ਨੇ ਉਹ ਸਾਰੀ ਟ੍ਰੇਨਿੰਗ ਮੈਂ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਜਰਨੈਲ ਸਨ ਬਾਬਾ ਬਿਧੀ ਚੰਦ ਜੀ, ਬਾਬਾ ਗੁਰਦਿੱਤਾ ਜੀ। ਇਸ ਜੰਗ ਵਿੱਚ ਛੋਟੀ ਉਮਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਲਵਾਰ ਵੀ ਚਲਾਈ ਹੈ, ਤੇਗ ਦੇ ਧਨੀ ਦੀ ਤਲਵਾਰ ਵੀ ਚੱਲੀ ਹੈ। ਵੇਖੋ 14 ਸਾਲ ਦੀ ਉਮਰ, ਤੇ 14 ਸਾਲ ਦੀ ਉਮਰ ਵਿੱਚ ਦੇ ਸਾਡੇ ਬੱਚਿਆਂ ਨੂੰ ਗੱਲ ਕਰਨ ਦਾ ਚੱਜ ਨਹੀਂ ਹੁੰਦਾ, ਜੰਗ ਇਹਨਾਂ ਕੀ ਲੜਨੀ। ਇਹ ਹੈ ਗੁਰੂ ਕਿਆਂ ਦੀਆਂ ਸਾਖੀਆਂ, ਇਹ 7 ਤੇ 9 ਸਾਲ ਦੇ ਨੀਹਾਂ ਵਿੱਚ ਖੜ ਜਾਂਦੇ ਨੇ, ਭੈ ਕੋਈ ਨਹੀਂ। ਇਹ 14 ਤੇ 17 ਵਰਿਆਂ ਦੇ 10 ਲੱਖ ਨੰਗੀ ਤਲਵਾਰ ਤੇ ਨੱਚ ਕੇ ਜਕਾਰੇ ਛੱਡਦੇ ਨੇ, ਇਹਨਾਂ ਨੂੰ ਭੈ ਕੋਈ ਨਹੀਂ। ਇਹ ਗੁਰੂ ਕਿਆਂ ਦੀਆਂ ਸਾਖੀਆਂ ਨੇ, ਇੱਥੇ ਸਾਡੇ ਬੱਚਿਆਂ ਨਾਲ ਕੰਪੈਰੀਜ਼ਨ ਨਹੀਂ ਹੋ ਸਕਦਾ। ਕਾਰਨ ਕੀ ਹੈ? ਉਹ ਖੁਦ ਖੁਦਾ ਦੇ ਜਾਏ ਨੇ, ਅਸੀਂ ਨਾਚੀਜ਼ ਲੋਕ ਹਾਂ। ਹਾਂ, ਉਹਨਾਂ ਦੇ ਇਤਿਹਾਸ ਤੋਂ ਇਹ ਸਮਝ ਲੱਗਦੀ ਹੈ ਵੀ ਬਾਣੀ ਪੜ੍ਹਨ ਵਾਲੇ ਨੂੰ ਭੈ ਨਹੀਂ ਰਹਿੰਦਾ ਮੌਤ ਦਾ। ਫਲਾ ਯਾਰ ਖਾਂ ਇੱਕ ਮੁਸਲਮਾਨ ਕਹਿੰਦਾ ਹੈ ਵੀ ਉਹਨਾਂ ਨੂੰ ਡਰ ਹੀ ਕੋਈ ਨਹੀਂ ਹੈ ਉਹਨਾਂ ਦੀ ਖਲੜੀ ਅੰਦਰ। 14 ਸਾਲ ਦੇ ਗੁਰੂ ਤੇਗ ਬਹਾਦਰ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਇਸ ਜੰਗ ਵਿੱਚ ਲੜੇ ਨੇ। ਆਓ ਇਹਦਾ ਕਾਰਨ ਕੀ ਬਣਦਾ ਹੈ? ਅੱਛਾ, ਇਹ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਦੂਸਰਾ ਪੁੱਤਰ ਸੀ ਨਾ ਧੀਰ ਮੱਲ, ਉਹਨੇ ਇਸ ਜੰਗ ਵਿੱਚ ਪਾਤਸ਼ਾਹ ਦੇ ਉਲਟ ਮੁਗਲਾਂ ਦਾ ਸਾਥ ਨਿਭਾਇਆ ਸੀ, ਔਰ ਇਸੇ ਕਰਕੇ ਹੀ ਸਿੱਖ ਜਗਤ ਵਿੱਚ ਅੱਜ ਤੱਕ ਇਹ ਹੁਕਮ ਲਾਗੂ ਹੈ ਪਾਤਸ਼ਾਹ ਦਾ ਵੀ ਧੀਰ ਮੱਲੀਆਂ ਨਾਲ ਕਿਸੇ ਨੇ ਰੋਟੀ ਪੇਟੀ ਦੀ ਸਾਂਝ ਨਹੀਂ ਮਾਰੀ। ਮਹਾਰਾਜ ਨੇ ਇਸ ਜੰਗ ਦੇ ਵਿੱਚ ਬੜਾ ਘਮਸਾਨ ਦਾ ਬਾਹੂਬਲ ਵਿਖਾਇਆ ਹੈ। ਇੱਕ ਸੌਦਾਗਰ ਜਿਸ ਦਾ ਨਾਮ ਬਦਸ਼ ਖਾਂ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਉਹਦੇ ਨਾਲ ਕੁਝ ਚੇਲੇ ਬਾਲ ਕੇ ਸਨ, ਉਹ ਭੇਟਾਵਾਂ ਲੈ ਕੇ ਆਇਆ। ਉਹਦੇ ਬਾਰੇ ਇਹ ਵੀ ਜ਼ਿਕਰ ਆਉਂਦਾ ਹੈ ਕਿ ਉਹ ਸ਼ਾਇਦ ਬਦਸ਼ ਖਾਂ ਨਗਰ ਦਾ ਸੀ, ਕੋਈ ਉਹਦਾ ਜ਼ਿਕਰ ਕਰਦਾ ਉਹਦਾ ਨਾਮ ਬਦਸ਼ ਖਾਂ ਸੀ। ਖੈਰ, ਉਹ ਇੱਕ ਸੌਦਾਗਰ ਆਇਆ, ਜਿਵੇਂ ਆਪਾਂ ਆਉਂਦੇ ਨਾ ਗੁਰੂ ਦੇ ਦਰ ਤੇ, ਆ ਕੁਝ ਨਾ ਕੁਝ, ਕੋਈ ਡਾਲਰ ਚੜਾ ਜਾਂਦਾ, ਕੋਈ ਸਰੋਪੇ ਲੈ ਆਉਂਦਾ, ਇੱਕ ਘੋੜਾ, ਸਰਬਾਜ, ਇੱਕ ਸੁੰਦਰ ਤਲਵਾਰ, ਇੱਕ ਟਾਲਾ, ਇੱਕ ਕਲਗੀ, ਇੱਕ ਪੁਸ਼ਾਕ ਲੈ ਕੇ ਆਇਆ ਹੈ। ਇਹ 6 ਦਾਤਾਂ ਉਹ ਲੈ ਕੇ ਆਇਆ। ਪਾਤਸ਼ਾਹ ਨੂੰ ਕਹਿੰਦਾ ਤੁਹਾਡੀਆਂ ਹੀ ਬਖਸ਼ੀਆਂ ਨੇ। ਹੁਣ ਦੇਵ ਨੇ ਤਜੈਸੀ ਸੀ ਕਿ 4 ਵਸਤੂਆਂ ਪਾਤਸ਼ਾਹ ਨੇ ਦਿੱਤੀਆਂ। ਪੈਂਦੇ ਖਾਂ ਦਾ ਜਵਾਈ ਅਸਮਾਨ ਖਾਂ, ਉਹ ਕਿਤੇ ਜਦੋਂ ਪੈਂਦੇ ਖਾਂ ਕੋਲ ਇਹ ਗੁਰੂ ਕੀਆਂ ਬਖਸ਼ਿਸ਼ਾਂ ਵੇਖਦਾ ਹੈ,
ਉਹ ਹੈਰਾਨ ਰਹਿ ਗਿਆ ਵੀ ਇਦਾਂ ਦਾ ਅਰਬੀ ਘੋੜਾ ਮਹਿੰਗਾ ਕਦੇ ਤੱਕਿਆ ਨਹੀਂ ਹੈ, ਇਦਾਂ ਦੀ ਤਲਵਾਰ ਨਹੀਂ ਟੱਕੀ, ਇਦਾਂ ਦਾ ਵਲੈਤੀ ਢਾਲਾ ਨਹੀਂ ਟੱਕਿਆ, ਇਦਾਂ ਦੀ ਪੋਸ਼ਾਕ ਨਹੀਂ ਟੱਕੀ। ਉਹ ਆਪਣੇ ਸਹੁਰੇ ਨੂੰ ਕਹਿੰਦਾ ਵੀ ਇਹ ਮੈਨੂੰ ਦੇ ਦੇ। ਉਹਨੇ ਸਮਝਾਇਆ ਵੀ ਗੁਰੂ ਕੀ ਬਖਸ਼ਿਸ਼ ਹੈ, ਜਿਸ ਨੂੰ ਮਿਲੇ ਉਹਦੇ ਕੋਲ ਸੋਭਾ ਪਾਉਂਦੀ ਹੈ। ਪਰ ਹੁਣ ਧੀਆਂ ਵਾਲਾ ਸੀ, ਉਹਦਾ ਜ਼ੋਰ ਨਾ ਚੱਲਿਆ। ਜਦੋਂ ਜਵਾਈ ਭਾਈ ਨੇ ਅਸਮਾਂ ਖਾਣੇ ਉਹ ਦਾਤਾਂ ਲੈ ਲਈਆਂ ਤੇ ਹੁਣ ਪੈਂਦੇ ਖਾ ਦਰਬਾਰ ਵਿੱਚ ਕਿਵੇਂ ਜਾਵੇ, ਨਮੋਸ਼ੀ ਹੋਵੇਗੀ। ਬਾਬਾ ਗੁਰਦਿੱਤਾ ਜੀ ਇੱਕ ਦਿਨ ਸ਼ਿਕਾਰ ਨੂੰ ਚੜ੍ਹੇ। ਹੁਣ ਬਾਜ ਦਾ ਸੁਭਾਅ ਹੈ ਸ਼ਿਕਾਰ ਦੇ ਪਿੱਛੇ ਉੱਡਦਾ ਹੈ, ਤੇ ਉਹ ਬਾਜ ਪੈਂਦੇ ਖਾਂ ਦੇ ਜਵਾਈ ਨੇ ਪਕੜ ਲਿਆ। ਜਦੋਂ ਪੈਂਦੇ ਖਾਂ ਦੇ ਜਵਾਈ ਅਸਮਾਂ ਖਾਂ ਨੇ ਉਹ ਬਾਜ ਪਕੜ ਲਿਆ, ਘਰ ਲੈ ਗਿਆ। ਬਾਬਾ ਜੀ ਨੂੰ ਖਬਰ ਮਿਲ ਗਈ ਵੀ ਇਹਦੇ ਘਰ ਹੀ ਹੈ। ਪੈਂਦੇ ਖਾਂ ਨੂੰ ਸੱਦਿਆ ਗੁਰੂ ਪਾਤਸ਼ਾਹ ਨੇ, ਇਹ ਪੈਂਦੇ ਖਾਂ ਸੁਣਿਆ ਹੈ ਵੀ ਬਾਜ ਤੇਰੇ ਘਰ ਹੈ। ਪੈਂਦੇ ਖਾਂ ਕਹਿੰਦਾ ਜੀ ਨਹੀਂ, ਮੇਰੇ ਘਰ ਬਾਜ ਨਹੀਂ ਹੈ। ਮਹਾਰਾਜ ਕਹਿੰਦੇ ਸਾਡੇ ਸਿੱਖ ਕਹਿੰਦੇ ਨੇ, ਤੇ ਪੈਂਦੇ ਖਾਂ ਕਹਿੰਦਾ ਇਹ ਝੂਠ ਬੋਲਦੇ ਨੇ, ਸਿੱਖਾਂ ਨੂੰ ਝੂਠੇ ਕਹਿ ਦਿੱਤਾ। ਜਦੋਂ ਇੰਨਾ ਬਚਨ ਹੋ ਗਿਆ, ਮਹਾਰਾਜ ਨੇ ਬਾਬਾ ਵਿਧੀ ਚੰਦ ਨੂੰ ਇਸ਼ਾਰਾ ਕੀਤਾ। ਉਹਨੇ ਘੋੜੇ ਨੂੰ ਅੱਡੀ ਲਾਈ, ਪਹੁੰਚਿਆ ਪੈਂਦੇ ਖਾਂ ਦੇ ਘਰ ਤੇ ਉੱਥੋਂ ਬਾਜ ਲੈ ਕੇ ਆ ਗਿਆ। ਬਾਜ ਖੋ ਕੇ ਲੈ ਆਇਆ। ਮਹਾਰਾਜ ਕਹਿੰਦੇ ਪੈਂਦੇ ਖਾਂ ਤੂੰ ਨਮਕ ਖਾਧਾ ਹੈ ਗੁਰੂ ਘਰ ਦਾ, ਬਚਪਨ ਤੋਂ ਲੈ ਕੇ ਅੱਜ ਤੱਕ ਤੈਨੂੰ ਮਾਤਾ ਪਿਤਾ ਦੀ ਨਿਆਈ ਅਸੀਂ ਬੁਰਕੀਆਂ ਦੇ ਕੇ ਪਾਲਿਆ ਹੈ, ਤੇ ਤੂੰ ਆਪਣੇ ਮਾਈ ਬਾਪ ਨਾਲ ਆਪਣੇ ਇਸ਼ਟ ਨਾਲ ਝੂਠ ਬੋਲੇ, ਕੁਫਰ ਤੋਲੇ, ਇਹ ਠੀਕ ਨਹੀਂ। ਕਹਿੰਦਾ ਮਹਾਰਾਜ ਤੁਹਾਡੇ ਸਿੱਖ ਵੀ ਝੂਠੇ, ਤੁਹਾਡਾ ਜਰਨੈਲ ਇਹ ਵਿਧੀ ਚੰਦ ਵੀ ਝੂਠਾ, ਬਾਜ ਕਿਧਰੇ ਹੋਰ ਗਿਆ ਹੋਵੇਗਾ ਤੇ ਜਾਣ ਬੁੱਝ ਕੇ ਲਿਆ ਕੇ ਇੱਥੇ ਇਲਜ਼ਾਮ ਲਾ ਰਿਹਾ ਹੈ ਵੀ ਮੇਰੇ ਘਰੋਂ ਲੱਭਾ ਹੈ। ਆਪਣੇ ਜਵਾਈ ਭਾਈ ਦੀ ਖਾਤਰ ਗੁਰੂ ਕਿਆ ਨਾਲ ਵਿਗਾੜ ਬੈਠਾ। ਸਾਡਾ ਵੀ ਸੁਭਾਅ ਹੈ, ਦੁਨੀਆਂ ਨੂੰ ਮਨਾਉਂਦੇ ਮਨਾਉਂਦੇ ਗੁਰੂ ਨਾਨਕ ਨੂੰ ਹੀ ਰਸਾ ਬਹਿੰਦੇ ਅਸੀਂ ਵੀ ਆਹ ਲੋਕ ਨਾ ਕਿਤੇ ਨਾਰਾਜ਼ ਹੋ ਜਾਣ, ਗੁਰੂ ਨਾਨਕ ਦੀ ਕਿਹੜੀ ਗੱਲ ਹੈ ਮਨਾ ਲਵਾਂਗੇ, ਇਹ ਭੁਲੇਖਾ ਹੈ ਵੱਡਾ। ਲੋਕ ਮੰਨੇ ਵੀ ਰਹਿਣ ਤੇ ਕੋਈ ਭਲਾ ਨਹੀਂ ਕਰ ਸਕਦੇ, ਝੋਲੀਆਂ ਤੇ ਗੁਰੂ ਨਾਨਕ ਨੇ ਹੀ ਭਰਨੀਆਂ ਨੇ, ਜੇ ਰੁੱਸ ਗਿਆ ਤੇ ਤੱਪੜ ਰੋਲ ਦਿੰਦਾ, ਜੇ ਪੱਲੇ ਨਹੀਂ ਜੇ ਕੱਖ ਰਹਿਣ ਦਿੰਦਾ। ਜਦੋਂ ਆਖਿਆ ਵੀ ਤੁਹਾਡਾ ਇਹ ਜਰਨੈਲ ਬਾਬਾ ਵਿਧੀ ਚੰਦ ਵੀ ਝੂਠਾ, ਮਹਾਰਾਜ ਕਹਿੰਦੇ ਪੈਂਦੇ ਖਾਂ ਅਲਫਾਜ਼ ਬੜੇ ਗਲਤ, ਅਲਫਾਜ਼ ਬੜੇ ਗਲਤ ਪੈਦਾ ਕਰ ਰਿਹਾ ਹੈ, ਇਹਨਾਂ ਨੂੰ ਲਗਾਮ ਦੇ, ਜ਼ੁਬਾਨ ਤੇ ਲਗਾਮ ਕੱਸ ਲੈ, ਇੱਥੇ ਮੁਸ਼ਕਲ ਖੜੀ ਹੋ ਜਾਵੇਗੀ। ਤੇ ਗੁੱਸੇ ਵਿੱਚ ਆ ਕੇ ਕਹਿੰਦਾ ਜੀ ਮੇਰਾ ਕੀ ਕਰ ਲਵੋਗੇ, ਮੇਰੇ ਆਸਰੇ ਜੰਗਾਂ ਜਿੱਤਦੇ ਆਏ ਹੋ, ਮੁਸ਼ਕਲ ਤੁਹਾਡੇ ਲਈ ਖੜੀ ਹੋ ਜਾਵੇਗੀ ਜੇ ਮੈਂ ਵਿਟਰ ਗਿਆ ਤੇ ਅੱਗੇ ਤੇ ਮੈਂ ਕਿਹਾ ਨਾ ਵੀ ਸਿੱਖ ਝੂਠੇ, ਤੁਹਾਡੇ ਜਰਨੈਲ ਝੂਠੇ। ਜਾਓ ਕਹਿੰਦਾ ਹਾਂ ਗੁਰੂ ਹਰਗੋਬਿੰਦ ਤੁਸੀਂ ਵੀ ਝੂਠੇ, ਗੁਰੂ ਨਾਨਕ ਦੀ ਦੁਕਾਨ ਹੀ ਝੂਠਿਆਂ ਦੀ ਹੈ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਰਾ ਕਿਹਾ ਤੇ ਬਾਬੇ ਵਿਧੀ ਚੰਦ ਨੇ ਤਿਆਰੀ ਕੱਸ ਲਈ ਵੀ ਇਹਨੂੰ ਗੋਟਾ ਫੇਰਨਾ ਪੈਣਾ ਹੈ। ਹੈ ਉਹ ਵੀ ਗੁਰੂ ਦੀ ਤਾਬਿਆ, ਪਰ ਗੁਰੂ ਦੀ ਤਾਬਿਆ ਵਿੱਚ ਉਸ ਝਗੜੇ ਤੋਂ ਮਨਾਹੀ ਹੈ ਜਿਹੜਾ ਸਿੱਖ ਇੱਕ ਦੂਜੇ ਦੀਆਂ ਪੱਗਾਂ ਲਾਉਣ ਲੱਗ ਪੈਂਦੇ ਨੇ। ਪਰ ਜਿਹੜਾ ਗੁਰੂ ਕੀ ਮਰਿਆਦਾ ਨੂੰ ਭੰਗ ਕਰੇ, ਗੁਰੂ ਦੀ ਸ਼ਾਨ ਵਿੱਚ ਕੁਝ ਬੋਲੇ, ਉਸ ਮੱਸੇ ਰੰਗੜ ਨੂੰ ਗੁਰੂ ਦੀ ਹਜ਼ੂਰੀ 'ਚ ਹੀ ਵੱਢਿਆ ਗਿਆ ਸੀ, ਫਿਰ ਘੇਰੜ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ 'ਚ ਹੀ ਵੱਢਿਆ ਗਿਆ ਸੀ। ਜਦੋਂ ਪੈਦੇ ਖਾਂ ਨੇ ਆਖਿਆ ਗੁਰੂ ਹਰਗੋਬਿੰਦ ਸਾਹਿਬ ਝੂਠੇ, ਬਾਬਾ ਵਿਧੀ ਚੰਦ ਵਧਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਕਰਤਾ ਵੀ ਕੋਈ ਗੱਲ ਨਹੀਂ, ਸਾਡਾ ਬੱਚਾ ਹੈ। ਮਾਪਿਆਂ ਨੂੰ ਬੱਚੇ ਕਈ ਵਾਰ ਅਲਫਾਜ਼ ਭੱਦੇ ਕੱਢ ਹੀ ਦਿੰਦੇ ਨੇ, ਬਖਸ਼ਿੰਦਾ ਗੁਰੂ ਸਾਡਾ।
ਤੇ ਜਦੋਂ ਕਿਹਾ ਨਾ ਵੀ ਗੁਰੂ ਨਾਨਕ ਦਾ ਘਰ ਹੀ ਝੂਠਾ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਰੋਕਿਆ ਬਾਬਾ ਬਿਧੀ ਚੰਦ ਨੂੰ। ਵੇਖੋ ਕਿਰਪਾ ਸੀ ਪੈਂਦੇ ਖਾਂ ਤੇ ਘੋੜੇ ਤੇ ਸਵਾਰ ਸੂਰਬੀਰ ਦੇ ਸਣੇ ਘੋੜਾ ਮੋਢਾ ਲਾ ਕੇ ਚੁੱਕ ਕੇ ਉਛਾਲ ਕੇ ਸੁੱਟ ਦਿੰਦਾ ਸੀ। ਕਿਰਪਾ ਸੀ ਤੇ ਦੋ ਸਾਨ ਭਿੜਦੇ ਸਨ ਸਿੰਘਾਂ ਤੋਂ ਫੜ ਕੇ ਉਲਾਰ ਕੇ ਪਰਾਂ ਨੂੰ ਕਰ ਦਿੰਦਾ ਸੀ। ਆ ਸਿੱਕਾ ਦੇਖਿਆ ਨਾ, ਕਰੰਸੀ ਤਾਂਬੇ ਦਾ ਸਿੱਕਾ, ਕੋਈ ਲੋਹੇ ਦਾ ਸਿੱਕਾ, ਕੋਈ ਸੋਨੇ ਦਾ ਸਿੱਕਾ, ਦੋਹਾਂ ਪੋਟਿਆਂ ਵਿੱਚ ਲੈ ਕੇ ਇੰਨਾ ਬਲ ਸੀ ਜਦੋਂ ਮਸਲਦਾ ਸੀ ਤੇ ਮੂਹਰਾਂ ਮਿਟਾ ਦਿੰਦਾ ਸੀ ਪੋਟਿਆਂ ਤੋਂ। ਭੁਲੇਖਾ ਇਹ ਪੈ ਗਿਆ ਵੀ ਜ਼ੋਰ ਮੇਰਾ ਏ, ਇਹ ਭੁੱਲ ਗਿਆ ਸਤਿਗੁਰ ਮੇਰਾ ਤਾਣ ਨਿਤਾਣ, ਜਿੰਨਾ ਵੀ ਤੇਰੇ ਚ ਬਲ ਹੈ ਗੁਰੂ ਨਾਨਕ ਦੀ ਦੇਣ ਹੈ। ਉਹਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਮੇਰੀ ਬਰਕਤ ਹੈ। ਅੱਛਾ, ਜਿਹੜਾ ਕਿਸੇ ਤੋਂ ਢਹਿੰਦਾ ਨਹੀਂ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਇਸ਼ਾਰਾ ਕੀ ਹੋਇਆ, ਪੈਂਦੇ ਖਾਂ ਦਾ ਸਰੀਰ ਮਿੱਟੀ ਹੋ ਗਿਆ। ਬਾਬਾ ਬਿਧੀ ਚੰਦ ਨੇ ਮਾਰ ਮਾਰ ਹੁੱਜਾਂ ਮਾਰ ਮਾਰ ਘਸੁੰਨ ਜਬਾੜਾ ਭੰਨ ਦਿੱਤਾ ਤੇ ਸਿੱਧਾ ਆਖਣ ਲੱਗੇ, ਬਾਬਾ ਬਿਧੀ ਚੰਦ ਜੀ, ਤੂੰ ਕਹਿੰਦਾ ਸੀ ਪੈਂਦੇ ਖਾਂ ਜੇ ਮੈਂ ਵਿਟਰ ਗਿਆ ਤੇ ਸ਼ਾਹਜਹਾਨ ਨੂੰ ਲੈ ਕੇ ਫੌਜਾਂ ਲੈ ਕੇ ਗੁਰੂ ਕਿਆਂ ਨੂੰ ਮਿਟਾ ਦੇਵਾਂਗਾ। ਜਾ ਅੱਜ ਗੁਰੂ ਤੇਰੇ ਨਾਲ ਵਿਟਰ ਗਿਆ ਹੈ, ਜਾ ਕੇ ਸ਼ਾਹਜਹਾਨ ਦੀ ਓਟ ਲੈ ਲੈ, ਤੈਨੂੰ ਮਿਟਣੋ ਹੁਣ ਕੋਈ ਦੁਨੀਆਂ ਤੇ ਬਚਾ ਨਹੀਂ ਸਕੇਗਾ। ਇਹ ਬਾਬੇ ਬਿਧੀ ਚੰਦ ਦੇ ਬੋਲ ਸਨ। ਪੱਸਲੀਆਂ ਪਨਵਾ ਕੇ ਇਹ ਸ਼ਾਹਜਹਾਨ ਦੇ ਦਰਬਾਰ ਵਿੱਚ ਪਹੁੰਚਾ ਹੈ ਨਾਲ ਆਪਣੇ ਪ੍ਰਾਹੁਣੇ ਨੂੰ ਲੈ ਕੇ। ਜਦੋਂ ਘਰ ਗਿਆ ਨਾ ਪ੍ਰਾਹੁਣਾ, ਕਹਿੰਦਾ ਵੀ ਆਹ ਚੰਗਾ ਫਲ ਦਿੱਤਾ ਜੀ ਗੁਰੂ ਕਿਆਂ ਤੈਨੂੰ ਸੇਵਾ ਦਾ। ਤੇ ਨਮੋਸ਼ੀ ਵਿੱਚ ਪ੍ਰਾਹੁਣੇ ਨੂੰ ਕਹਿੰਦਾ ਵੀ ਇਹ ਸਰੋਪੇ ਤੇਰੇ ਹੀ ਪੁਆਏ ਹੋਏ ਨੇ, ਇਹ ਤੇਰੀ ਕਰਤੂਤ ਕਰਕੇ ਡਾਂਗ ਫਿਰੀਏ। ਤੇ ਕਹਿੰਦਾ ਚੱਲ ਫਿਰ ਸ਼ਾਹਜਹਾਨ ਕੋ ਚੱਲੀਏ, ਗੁਰੂ ਕਿਆਂ ਦਾ ਵੈਰੀ ਹੈ, ਗੁਰੂ ਦਾ ਮਲੀਆ ਮੇਟ ਕਰਵਾ ਦੇਵਾਂਗੇ। ਸ਼ਾਹਜਹਾਨ ਕੋਲ ਪਹੁੰਚੇ ਤੇ ਸ਼ਾਹਜਹਾਨ ਨੂੰ ਕਹਿ ਦਿੱਤਾ ਵੀ ਤਿੰਨ ਜੰਗ ਤੂੰ ਹਾਰਿਆ ਏ, ਉਹਦਾ ਕਾਰਨ ਮੈਂ ਸੀ, ਚੌਥਾ ਜੰਗ ਅੱਜ ਗੁਰੂ ਹਾਰੇਗਾ, ਮੈਨੂੰ ਫੌਜਾਂ ਦੇ ਦੇ। ਫਿਰ ਕਾਲੇ ਖਾਂ ਨੇ ਬੀੜਾ ਚੁੱਕਿਆ, ਫਿਰ ਜਲੰਧਰ ਦਾ ਸੂਬਾ ਕੀ, ਫਿਰ ਬੜੇ ਬੜੇ ਜਰਨੈਲ ਲੈ ਕੇ ਇਹ ਤੁਰਨ ਲੱਗੇ ਨੇ। ਕਾਲੇ ਖਾਂ ਨੂੰ 52,000 ਦੇ ਕਰੀਬ ਫੌਜਾਂ ਦਿੱਤੀਆਂ ਨੇ ਸ਼ਾਹਜਹਾਨ ਨੇ। ਔਰ ਅੱਗੇ ਚੱਲ ਪਵੋ, ਕੁਤਬ ਖਾਂ 11,000 ਫੌਜ ਲੈ ਕੇ ਆਇਆ, ਦੁਆਬੇ ਚੋਂ ਜਲੰਧਰ ਇਲਾਕੇ ਚੋਂ 12,000 ਫੌਜ ਰਲ ਗਈ। ਕਿੰਨੇ ਹੋ ਗਏ? 75,000। 75,000 ਇਹ ਫੌਜ ਤਿਆਰ ਹੋ ਗਈ ਤੇ ਫਿਰ ਲੁਟੇਰੇ ਗੁੱਜਰ ਇਹ ਲੋਟੂ ਪਾਰਟੀਆਂ ਨਾਲ ਰਲ ਗਈਆਂ ਵੀ ਗੁਰੂ ਘਰ ਧਨ ਬੜਾ ਹੁੰਦਾ, ਇਹਨਾਂ ਨੂੰ ਲੜਨ ਦੇਵਾਂਗੇ ਤੇ ਆਪਾਂ ਧਨ ਲੁੱਟਾਂਗੇ। ਹੈ ਸਾਰੇ ਹੀ ਇਸਲਾਮ ਨੂੰ ਮੰਨਣ ਵਾਲੇ, ਬੜੇ ਲੁਟੇਰੇ ਰਲ ਗਏ। ਇਤਿਹਾਸ ਵਿੱਚ ਜ਼ਿਕਰ ਹੈ ਵੀ 100,000 ਤੋਂ ਉੱਤੇ ਫੌਜਾਂ ਹੋ ਗਈਆਂ ਤੇ ਦੂਜੇ ਬੰਨੇ ਬਾਬਾ ਬਿਧੀ ਚੰਦ ਨੂੰ ਮਹਾਰਾਜ ਨੇ ਥਾਪੜਾ ਦਿੱਤਾ। ਆਪਣੇ ਜਰਨੈਲ ਬਾਬਾ ਗੁਰਦਿੱਤਾ ਜੀ ਵੱਡੇ ਲਖਤੇ ਜਿਗਰ ਪਾਤਸ਼ਾਹ ਦੇ, ਉਹਨਾਂ ਨੂੰ ਥਾਪੜਾ ਦਿੱਤਾ। ਮੁਗਲਾਂ ਕੋਲ 100,000 ਤੋਂ ਉੱਪਰ ਫੌਜਾਂ ਨੇ, ਕਾਲੇ ਖਾਂ, ਕੁਤਬ ਖਾਂ, ਪੈਂਦੇ ਖਾਂ, ਉਸਮਾਨ ਖਾਨ, ਅਨਵਰ ਖਾਨ, ਮਲਕ ਦਤਾਰ, ਇਹ ਜਿੱਥੇ ਬੜੇ ਬੜੇ ਸੂਰਬੀਰ ਫਿਰਦੇ ਨੇ, ਤੇ ਗੁਰੂ ਸਾਹਿਬ ਕੋਲ ਸਿਰਫ 3600 ਸਿੱਖ। ਇੱਕ ਬਣੇ 100,000 ਤੋਂ ਉੱਤੇ ਫੌਜਾਂ, ਇੱਕ ਬਣੇ 3600 ਸਿੱਖ। ਮੈਂ ਕੇਵਲ ਪੈਂਦੇ ਖਾਂ ਦੇ ਯੁੱਧ ਦਾ ਜ਼ਿਕਰ ਹੀ ਕਰਾਂਗਾ, ਇਤਿਹਾਸ ਬੜਾ ਲੰਮਾ ਹੈ, ਕਿਉਂਕਿ ਗੁਰੂ ਏਡਾ ਬਖਸ਼ਿੰਦ ਹੈ ਨਾ, ਅਕ੍ਰਿਤ ਘਣਾ ਨੂੰ ਵੀ ਬਖਸ਼ ਦਿੰਦਾ। ਪਰ ਜਿਹੜੇ ਨਮਕ ਹਰਾਮ ਕਰਨ, ਹਲਾਲ ਤੋਂ ਹਰਾਮ ਕਰ ਦੇਣ, ਸਜ਼ਾ ਵੀ ਦਿੰਦਾ ਹੈ।
ਤੇ ਜੇ ਉਹ ਡਿੱਗਦੇ ਟੈਂਦੇ ਫਿਰ ਮੁਆਫੀ ਮੰਗ ਲੈਣ ਚਰਨਾਂ ਤੇ ਡਿੱਗ ਪੈਣ ਤੇ ਮੈਂ ਫਿਰ ਪੜ ਦਵਾਂ ਜੋ ਸਰਣੇ ਆਵੈ ਤੇ ਸਕੰਠ ਲਾਵੈ। ਰੱਬ ਦਾ ਸੁਭਾਅ ਮਾਂ ਪਿਓ ਵਰਗਾ ਹੁੰਦਾ, ਬੱਚੇ ਲੱਖ ਗਲਤੀਆਂ ਕਰਨ, ਖਿਮਾ ਜਾਚਨਾ ਕਰ ਲੈਣ ਉਹ ਮੰਨ ਲੈਂਦਾ ਹੈ। ਹੁਣ ਪੈਂਦੇ ਖਾਂ ਨੇ ਵੇਖਿਆ ਹੈ ਵੀ ਜਰਨੈਲਾਂ ਦੀ ਤਾਂ ਕੋਈ ਵਾਹ ਜਾਂਦੀ ਨਹੀਂ, ਫੌਜਾਂ ਦੀ ਤੇ ਕੋਈ ਵਾਹ ਜਾਂਦੀ ਨਹੀਂ, ਤੇ ਕਾਲੇ ਕਾਂ ਵਰਗੇ ਕਹਿੰਦੇ ਪੈਂਦੇ ਖਾਨਾ ਫੌਜ ਮਰਵਾ ਕੇ ਹੀ ਗੁਰੂ ਦੇ ਸਾਹਮਣੇ ਹੋਵੇਗਾ। ਦਾਅਵੇ ਬੜੇ ਕਰਦਾ ਸੀ ਸ਼ਾਹਜਹਾਂ ਦੇ ਦਰਬਾਰ ਅੰਦਰ ਵੀ ਮੈਂ ਗੁਰੂ ਨੂੰ ਬੰਨ ਲਿਆਵਾਂਗਾ, ਘੋੜੇ ਸਣੇ ਚੁੱਕ ਲਿਆਵਾਂਗਾ। ਉਹ ਖਲੋਤਾ ਹੀ ਗੁਰੂ ਤੇ ਜਾ ਕੇ ਹੁਣ ਚੁੱਕ ਲਿਆ। ਪੈਂਦੇ ਖਾਨ ਦੇ ਬਾਰੇ ਫਿਰ ਇਤਿਹਾਸ ਵਿੱਚ ਆਉਂਦਾ ਹੈ, ਖਰੇ ਗੁਰੂ ਏਕਲ ਪਿਖੇ ਚਿੱਤ ਕੀ ਚੌਂਪ ਬੜਾਏ, ਪੈਂਦ ਖਾਂ ਹਾਏ ਚਪਲ ਕੋ ਪ੍ਰੇਰਿਓ ਚਲਿਓ ਫੰਦਾਏ। ਗੁਰੂ ਤੱਕੇ ਵੀ ਕਲੇ ਜੇ ਲੱਗਦੇ ਨੇ, ਸਿੰਘ ਇਰਦ ਗਿਰਦ ਫੈਲੇ ਹੋਏ ਨੇ ਤੇ ਘੋੜੇ ਨੂੰ ਅੱਡੀ ਲਾ ਕੇ ਤੇ ਗੁਰੂ ਮਹਾਰਾਜ ਵੱਲ ਨੂੰ ਘੋੜਾ ਦੌੜਾ ਦਿੱਤਾ। ਗੁਰੂ ਪਾਤਸ਼ਾਹ ਵੱਲ ਵਧਿਆ, ਉਹਦੇ ਘੋੜੇ ਦਾ ਨਾਂ ਸੀ ਵਰੋਲਾ ਤੇ ਦਿੱਤਾ ਵੀ ਪਾਤਸ਼ਾਹ ਦਾ ਹੀ ਹੈ। ਵਰੋਲਾ ਨਾਂ ਤਾਂ ਸੀ, ਉਹ ਅਰਬੀ ਘੋੜਾ ਭੱਜਦਾ ਇੰਨਾ ਸੀ ਵੀ ਹਵਾ ਨੂੰ ਮਾਤ ਪਾਵੇ। ਅੱਛਾ, ਘੋੜੇ ਸੂਰਬੀਰਾਂ ਕੋਲ ਐਸੇ ਹੀ ਹੁੰਦੇ ਨੇ, ਕਵੀਆਂ ਦੀ ਲਿਖਤ ਕਮਾਲ ਹੁੰਦੀ ਹੈ। ਕਵੀ ਜੀ ਕਹਿੰਦੇ ਵਰੋਲਾ ਤਰੰਗਮ ਬੜੇ ਬੇਗ ਸੰਗਮ, ਵਰੋਲਾ ਤਰੰਗਮ ਬੜੇ ਬੇਗ ਸੰਗਮ, ਹੋਤੋ ਕੋਟ ਛੋਟਾ ਪਟੰਕੀਨ ਓਟਾ। ਗੁਰੂ ਦੇ ਘੇਰੇ ਘੇਰੇ ਸੂਰਮੇ ਖਲੋਤੇ, ਇਉਂ ਲੱਗੇ ਜਿਵੇਂ ਕੋਈ ਛੋਟਾ ਕਿਲਾ ਹੁੰਦਾ ਏ, ਤੇ ਵਰੋਲੇ ਨੂੰ ਵਾਹ ਵਰੋਲੇ ਵਰਗੇ ਘੋੜੇ ਨੂੰ ਅੱਡੀ ਲਾ ਕੇ ਫਿਰ ਪੈਂਦੇ ਖਾਂ ਵਧਿਆ ਵੀ ਇਹ ਸਿੰਘਾਂ ਨੂੰ ਇਹਨਾਂ ਸਿੱਖਾਂ ਨੂੰ ਇਸ ਕੋਟ ਨੂੰ ਤੇ ਟੱਪ ਕੇ ਹੀ ਗੁਰੂ ਕੋਲ ਮੇਰਾ ਘੋੜਾ ਪਹੁੰਚ ਜਾਵੇਗਾ। ਕਲਗੀਧਰ ਵੀ ਇੱਕ ਜਗ੍ਹਾ ਕਹਿੰਦੇ ਨੇ ਨਾ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਅਤੰਗ ਸੁਰੰਗ ਸਵਾਰੇ ਕੋਟ ਤੁਰੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਕੁਰੰਗ ਹਿਰਨ ਨੂੰ ਕਹਿੰਦੇ ਨੇ। ਕਲਗੀਧਰ ਮਹਾਰਾਜ ਦੀ ਕਲਮ ਚੋਂ ਇੰਨੀਆਂ ਕੁ ਭਾਸ਼ਾ ਪੈਦਾ ਹੋਈਆਂ ਨੇ। ਉਹਦੀ 42 ਵਰਿਆਂ ਦੀ ਉਮਰ, ਉਹ ਦਸਮ ਬਾਣੀ ਸਰਬਲੋ ਵਿੱਚ ਅਣਗਿਣਤ ਭਾਸ਼ਾ ਲਿਖ ਗਿਆ। ਆਪਣੀ 400 ਵਰਾਂ ਉਮਰ ਹੋਵੇ ਤੇ ਅੱਧੀਆਂ ਨਹੀਂ ਸਿੱਖ ਸਕਦੇ ਆਪਾਂ। ਕਿਉਂ ਜੀ? ਕਿਉਂਕਿ ਰੱਬ ਨੂੰ ਸਿੱਖਣਾ ਨਹੀਂ ਪੈਂਦਾ, ਉਹ ਕਿਹਦੀ ਜੋਤ ਹੈ ਸਭ ਤੇ ਵੱਡਾ, ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉਹਨੂੰ ਸਿੱਖਣਾ ਨਹੀਂ ਪੈਂਦਾ। ਸ਼ਨਾ ਸਿੰਧੇ ਇਲਮੇ ਆਲਮ ਕੁਛਾਏ, ਉਹ ਸਾਰਿਆਂ ਇਲਮਾਂ ਦਾ ਮਾਲਕ ਹੈ, ਜ਼ਫਰਨਾਮੇ ਦੇ ਬੋਲ ਨੇ। ਉਹ ਕਈ ਵਾਰ ਮੇਰੇ ਵਰਗਿਆਂ ਨੂੰ ਸਮਝ ਨਹੀਂ ਆਉਂਦੀ, ਉਹ ਫਿਰ ਕਹਿ ਦਿੰਦੇ ਅਸੀਂ ਬਾਣੀ ਨੂੰ ਮੰਨਦੇ ਹੀ ਨਹੀਂ। ਕਾਰਨ, ਬਾਣੀ ਵਿੱਚ ਕਮੀ ਨਹੀਂ ਹੈ, ਹੁਣ ਸਿੱਖਣ ਕਿੱਥੋਂ ਵਿਚਾਰੇ? ਕਥਾ ਤੇ ਕਹਿ ਦਿੰਦੇ ਹੁਣ ਸਾਲ 'ਚ ਹੀ ਸਿੱਖ ਲਈਏ, ਤੇ ਇੰਨੇ ਕੁ ਚਿਰ 'ਚ ਸਿੱਖੇ ਜਿਹੜੇ ਬੋਲ ਨੇ ਉਹ ਸੰਗਤ ਨੂੰ ਗੁੰਮਰਾਹ ਤੇ ਕਰ ਸਕਦੇ ਨੇ, ਸਿੱਧੇ ਬੰਨੇ ਨਹੀਂ ਪਾ ਸਕਦੇ। ਪ੍ਰਚਾਰਕ ਸ਼੍ਰੇਣੀ ਇੱਦਾਂ ਥੋੜ੍ਹਾ ਹੈ ਵੀ ਜਦੋਂ ਮਰਜ਼ੀ ਰੇਹੜੀ ਲਾ ਕੇ ਤੇ ਸਮਾਨ ਵੇਚਣ ਲੱਗ ਪਵੋ, ਉਮਰਾਂ ਲੰਘ ਜਾਂਦੀਆਂ ਨੇ ਸਿੱਖਦਿਆਂ। ਤੇ ਮੈਂ ਕਹਿੰਦਾ ਨਾ ਵੀ ਅਧੂਰਾ ਗਿਆਨ ਨੁਕਸਾਨ ਦਿੰਦਾ ਹੈ, ਕੋਸ਼ਿਸ਼ ਕਰਿਆ ਕਰੀਏ ਵੀ ਕੁਝ ਪੂਰਾ ਸਿਖਾ ਦੇਵੇ ਪਾਤਸ਼ਾਹ। ਖੈਰ, ਉਹ ਕਈਆਂ ਪਿੰਡ 'ਚ ਡਾਕਟਰਾਂ ਦੁਕਾਨਾਂ ਖੁੱਲੀਆਂ ਹੁੰਦੀਆਂ, ਉਹ ਡਾਕਟਰ ਨਹੀਂ ਹੁੰਦੇ, ਪਿੰਡਾਂ 'ਚ ਡਾਕਟਰ ਖਵਾਉਂਦੇ ਨੇ। ਫਾਰਮੇਸੀ ਦਾ ਛੋਟਾ ਮੋਟਾ ਲਾਇਸੈਂਸ ਬਣਾਇਆ ਹੁੰਦਾ ਇੰਡੀਆ 'ਚ, ਉਹਨਾਂ ਦਾ ਕੰਮ ਦਵਾਈ ਵੇਚਣ ਦਾ ਹੁੰਦਾ। ਨਬਜ਼ ਫੜ ਕੇ ਜਦੋਂ ਦਵਾਈ ਦੇਣ ਲੱਗ ਪੈਂਦੇ ਨੇ ਤੇ ਕਈਆਂ ਦੇ ਫੋਲੋ ਮੜੀਆਂ ਤੱਕ ਲੈ ਜਾਂਦੇ ਨੇ, ਕਈਆਂ ਨੂੰ ਕਬਰਾਂ ਤੱਕ ਲੈ ਜਾਂਦੇ ਨੇ, ਕਿਉਂਕਿ ਫੀਲਡ ਉਹ ਨਹੀਂ ਸੀ ਜਿੱਧਰ ਤੁਰ ਪਏ, ਅਧੂਰਾਪਨ ਸੀ। ਜਾਂ ਤੇ ਕੋਈ MD MBBS ਡਿਗਰੀ ਕਰ ਲੈਂਦੇ। ਸੋ ਇਹ ਅਧੂਰੇ ਨੁਕਸਾਨ ਹੀ ਕਰਦੇ ਨੇ ਕਿਸੇ ਵੀ ਫੀਲਡ ਵਿੱਚੋਂ। ਮਹਾਰਾਜ ਕਹਿੰਦੇ ਨੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਹਿਰਨਾ ਵਾਂਗੂ ਨੱਚਣ ਵਾਲੇ ਘੋੜੇ, ਪੌਣ ਕੇ ਗੌਣ ਕੋ ਜਾਤ ਨਿਵਾਰੇ। ਕਈ ਵਾਰ ਹਵਾ ਨੂੰ ਵੀ ਮਾਤ ਪਾ ਦਿੰਦੇ ਸਨ, ਹਵਾ ਵੀ ਸ਼ਰਮਿੰਦੀ ਹੋ ਜਾਵੇ, ਇੰਨੇ ਭੱਜਣ
ਇੱਕ ਅਲੰਕਾਰ ਹੁੰਦਾ ਅਤੀ ਉਪਮਾ, ਵੱਧ ਕੇ ਵਡਿਆਈ ਕਰਨੀ। ਏਡੇ ਏਡੇ ਘੋੜਿਆਂ ਦੇ ਮਾਲਕ ਸੂਰਬੀਰ ਮੈਦਾਨੇ ਜੰਗ ਵਿੱਚ ਜੂਝਣ ਵਾਲੇ, ਅੱਡੀ ਲਾਉਣ ਤੇ ਹਵਾ ਨੂੰ ਘੋੜੇ ਮਾਤ ਪਾਉਣ, ਏਦਾਂ ਦਾ ਵਰੋਲਾ ਨਾਮ ਦਾ ਘੋੜਾ ਪੈਂਦੇ ਖਾਂ ਲੈ ਕੇ ਪਾਤਸ਼ਾਹ ਤੱਕ ਵਧਿਆ। ਤਹਾਂ ਬੀਚ ਠਾਂਡੇ ਗੁਰੂ ਕੋਪ ਬਾਢੇ, ਮਹਾਰਾਜ ਨੇ ਵੇਖਿਆ ਵੀ ਆਹ ਮੇਰਾ ਨਮਕ ਖਾਣ ਵਾਲਾ ਅੱਜ ਨਮਕ ਹਰਾਮ ਕਰਨ ਆ ਰਿਹਾ ਹੈ। ਮਹਾਰਾਜ ਨੇ ਤੱਕਿਆ ਹੈ, ਤਹਾਂ ਬੀਚ ਠਾਂਡੋ ਗੁਰੂ ਕੋਪ ਬਾਢੋ, ਆਖਣ ਲੱਗੇ ਵੇਖ ਕੇ ਪਿਖੇ ਪੈਂਦ ਖਾਨਾ ਕੁਦਾਇਓ ਕਿ ਕਾਨਾ ਵੀ ਘੋੜਾ ਨਚਾਉਂਦਾ ਪੈਂਦੇ ਖਾਂ ਆਉਣ ਲੱਗਾ ਹੈ। ਕਹਿੰਦੇ ਸਕਾਉਣ ਦਿਓ ਇਸਨੂੰ। ਘੋੜੇ ਨੂੰ ਅੱਡੀ ਲਾਈ ਪੈਂਦੇ ਖਾਂ ਨੇ, ਘੋੜੇ ਨੇ ਛਲਾਂਗ ਲਾਈ, ਪਰਿਓ ਪਾਰ ਜਾਏ ਨਹੀਂ ਪੈਰ ਛੁਆਏ। ਇਉਂ ਉੱਡਦਾ ਇਉਂ ਦੌੜਦਾ ਪੈਰ ਦਿਖਦੇ ਹੀ ਨਹੀਂ, ਭਾਵ ਕਿ ਇੰਨੀ ਤੇਜ਼ੀ ਹੈ ਉਹਦੇ ਵਿੱਚ। ਉਹ ਸਿੱਖਾਂ ਨੂੰ ਟੱਪ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਪਹੁੰਚ ਗਿਆ। ਮਹਿੰਗਾ ਬੜਾ ਸੀ, ਭਇਓ ਲੱਖ ਮੋਲਾ ਸੋ ਨਾ ਮੰਗ ਬਰੋਲਾ। 1 ਲੱਖ ਦਮੜੇ ਦਾ, 1 ਲੱਖ ਰੁਪਈਏ ਦਾ ਉਸ ਸਮੇਂ ਦਾ ਘੋੜਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਇੱਦਾਂ ਹੀ ਬਖਸ਼ ਦਿੱਤਾ ਸੀ ਮਹਾਰਾਜ ਦੇ। ਉਸ ਘੋੜੇ ਨੂੰ ਲੈ ਕੇ ਮਹਾਰਾਜ ਤੇ ਚੜ੍ਹਾਈ ਕਰ ਦਿੱਤੀ। ਭਇਓ ਲੱਖ ਮੋਲਾ ਸੋ ਨਾ ਮੰਗ ਬਰੋਲਾ, ਚਲਾਕੀ ਦਿਖਾਈ ਗੁਰੂ ਤੀਰ ਜਾਈ। ਚਲਾਕੀ ਨਾਲ ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਪਹੁੰਚਿਆ। ਲੀਓ ਖੈਚ ਖੰਡਾ, ਤਲਵਾਰ ਕੱਢ ਲਈ ਫਿਰ ਉਹ ਦੋ ਧਾਰਾ ਖੰਡਾ ਕੱਢ ਲਿਆ। ਲੀਓ ਖੈਚ ਖੰਡਾ ਤ੍ਰਿਖੀ ਧਾਰ ਚੰਡਾ, ਹਟੇ ਔਰ ਹੇਰੇ ਨਹੀਂ ਹੋਤ ਨੇਰੇ। ਜਦੋਂ ਉਹਨੇ ਖੰਡਾ ਖਿੱਚਿਆ ਮਹਾਰਾਜ ਦਾ ਇਸ਼ਾਰਾ ਸੀ, ਸਿੱਖ ਹਟ ਗਏ। ਕਹਿੰਦੇ ਆਉਣ ਦਿਓ ਇਸ। ਖੰਡਾ ਲੈ ਕੇ ਘੋੜੇ ਤੇ ਅੱਗੇ ਵਧਿਆ, ਹੰਕਾਰ ਦੇ ਕੁਝ ਬੋਲ ਬੋਲਿਆ। ਵੇਖੋ ਹੰਕਾਰ ਕਿੱਥੇ ਚੜ੍ਹ ਕੇ ਚਮਕਦਾ ਹੈ। ਇੱਕ ਫਾਰਸੀ ਦਾ ਆਲਮ ਵਿਦਵਾਨ ਪੁਰਸ਼ ਕਹਿੰਦਾ ਹੈ, ਅਰਬੀ ਫਾਰਸੀ ਦਾ ਦੁਰੰਦਰ ਵਿਦਵਾਨ ਕਹਿੰਦਾ ਹੈ, ਕਹਿੰਦਾ ਹਜ਼ਰਤ ਇਨਸਾਨ ਕਾ ਕਿਤਨਾ ਤਿਕਾਂਬਰ ਤੇਜ਼ ਹੈ, ਮਾਟੀ ਕਾ ਪੁਤਲਾ ਬਣਾ ਫਿਰ ਮਾਟੀ ਸੇ ਪਰਹੇਜ ਹੈ। ਮਿੱਟੀ ਦਾ ਪੁਤਲਾ ਹੰਕਾਰ ਵਿੱਚ ਆਪਣੇ ਆਪ ਨੂੰ ਇਉਂ ਸਮਝਦਾ ਹੈ ਵੀ ਜਿਵੇਂ ਕਿਸੇ ਤਾਰੇ ਦੀ ਉਚਾਈ ਵਾਂਗੂ ਇਹਦੀ ਚਮਕ ਹੋਵੇ, ਜਿਵੇਂ ਕਦੇ ਡਿੱਗਣਾ ਹੀ ਨਾ ਹੋਵੇ। ਇਹਨੂੰ ਭੁਲੇਖਾ ਹੈ ਇੱਥੇ ਤਾਰੇ ਵੀ ਟੁੱਟ ਜਾਂਦੇ ਨੇ ਇੱਕ ਨਾ ਇੱਕ ਦਿਨ। ਇਹ ਜਿੱਡੇ ਮਰਜ਼ੀ ਤਖ਼ਤ 'ਤੇ ਬਹਿ ਜਾਵੇਂ, ਤੂੰ ਜ਼ੋਰਾਵਰ ਹੋਵੇਂ, ਇੱਕ ਨਾ ਇੱਕ ਦਿਨ ਡਿੱਗਣਾ ਪੈਂਦਾ ਹੈ। ਸੋ ਹੰਕਾਰ ਨਹੀਂ ਕਰਨਾ ਚਾਹੀਦਾ ਤਖ਼ਤ ਦਾ, ਬਾਹੂਬਲ ਦਾ, ਪੈਸੇ ਦਾ, ਜਾਤ ਦਾ। ਮਿੱਟੀ ਦਾ ਬਣਿਆ ਕਹਿੰਦੇ, ਮਿੱਟੀ ਨਹੀਂ ਪੈਰਾਂ ਨੂੰ ਲੱਗਣ ਦਿੰਦਾ, ਨੱਚਦਾ ਫਿਰਦਾ ਇੰਨਾ ਹੰਕਾਰ ਹੈ ਇਸ ਨੂੰ। ਪੈਂਦੇ ਖਾਂ ਵਧਿਆ ਪਾਤਸ਼ਾਹ ਵੱਲ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਹਰ ਜੀਓ ਅਹੰਕਾਰ ਨਾ ਭਾਵਈ। ਉਹਨੂੰ ਹੰਕਾਰ ਨਹੀਂ ਚੰਗਾ ਲੱਗਦਾ, ਹੋਰ ਤੇ ਮਾਫ਼ੀ ਮਿਲ ਜਾਵੇਗੀ, ਹੰਕਾਰ ਵਾਲੇ ਨੂੰ ਮਾਫ਼ੀ ਬੜੀ ਘੱਟ ਮਿਲਦੀ ਹੈ। ਖੰਡਾ ਲੈ ਕੇ ਅੱਗੇ ਵਧਿਆ, ਕਹਿੰਦਾ ਗੁਰੂ ਜੀ ਸੰਭਾਰੋ ਜਥਾ ਓਜ ਧਾਰੋ, ਕਰੋ ਨਾਹੇ ਟਾਰਾ ਚਿਤੋ ਮੋਹੇ ਮਾਰਾ। ਮੈਨੂੰ ਭਰੇ ਦਰਬਾਰ ਅੰਦਰ ਵਿਧੀ ਚੰਦ ਕੋਲੋਂ ਕੁਟਵਾਇਆ ਸੀ ਨਾ, ਬਦਲਾ ਲੈਣ ਆ ਗਿਆ, ਮੈਂ ਬਦਲਾ ਲੈਣ ਆ ਗਿਆ। ਹੁਣ ਟਲ ਨਾ ਜਾਇਓ, ਹੁਣ ਦੌੜ ਨਾ ਜਾਇਓ, ਖੁਦ ਖੁਦਾ ਨੂੰ ਇੱਕ ਨਾਚੀਜ਼ ਜਿਹਾ ਕੀੜਾ ਵੰਗਾਰ ਰਿਹਾ ਵੀ ਕਿਤੇ ਭੱਜ ਨਾ ਜਾਈਂ, ਰੱਬ ਨੂੰ ਆਖ ਰਿਹਾ ਵੀ ਕਿਤੇ ਭੱਜ ਨਾ ਜਾਈਂ ਮੇਰੇ ਅੱਗੇ ਲੱਗ ਕੇ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਿਹਾ, ਇਹਨੂੰ ਭੁਲੇਖਾ ਪੈ ਗਿਆ ਹੈ। ਸਿੱਖਾ ਯਾਦ ਰੱਖ, ਸਤਿਗੁਰ ਜੇਵੜ ਅਵਰ ਨਾ ਕੋਏ, ਗੁਰਪਾਰ ਬ੍ਰਹਮ ਪਰਮੇਸ਼ਰ ਸੋਏ। ਗੁਰੂ ਵਰਗਾ ਦੁਨੀਆਂ 'ਤੇ ਕੋਈ ਵੀ ਨਹੀਂ ਹੈ। ਨੋ ਵਨ ਐਲਸ ਇਜ਼ ਐਜ਼ ਗ੍ਰੇਟ ਐਜ਼ ਦਾ ਟਰੂ ਗੁਰੂ। ਗੁਰੂ ਦੇ ਬਰਾਬਰ ਦੁਨੀਆਂ 'ਤੇ ਕੋਈ ਨਹੀਂ ਹੈ, ਪਰਮਾਤਮਾ ਦਾ ਸਰੂਪ ਹੈ। ਉਹ ਭੁਲੇਖਾ ਸੀ ਪੈਂਦੇ ਖਾਂ ਨੂੰ, ਕਹਿੰਦਾ ਸੋ ਪਲਟੇ ਕੋ ਸਮੋ ਅਬ,
ਲੈਹੋਂ ਪਕਰੋਂ ਤੋਹੇ ਸ਼ਾਹਜਹਾਨ ਕੇ ਨਿਕਟ ਲੈ ਤੇ ਠਾਂ ਸ਼ੋਰਨ ਹੋਏ ਤੈਨੂੰ ਬੰਨ ਕੇ ਪਾਤਸ਼ਾਹ ਨੂੰ ਕਹਿ ਰਿਹਾ ਸੀ ਆਇਆ ਗੁਰੂ ਹਰਗੋਬਿੰਦ ਸਾਹਿਬ ਤੈਨੂੰ ਬੰਨ ਕੇ ਸ਼ਾਹਜਹਾਨ ਦੇ ਦਰਬਾਰ ਵਿੱਚ ਪੇਸ਼ ਕਰਾਂਗਾ ਅੱਜ ਮੈਂ ਜਦੋਂ ਇਹ ਭੱਦੇ ਬੋਲ ਬੋਲੇ ਨਾ ਹੰਕਾਰ ਦੇ ਇੱਥੇ ਹੀ ਨਹੀਂ ਟਲਿਆ ਆਖਣ ਲੱਗਾ ਜੋ ਜੀਵਨ ਚਹੋ ਆਪਣਾ ਚੱਲੀਏ ਹੈ ਆਗੇ ਹੋਏ ਹਜ਼ਰਤ ਸੰਗ ਮਿਲਾਏ ਕਰ ਖਤਾ ਬਖਸ਼ ਹੈ ਸੋਏ ਜੇ ਬਚਣਾ ਚਾਹੁੰਦੇ ਹੋ ਤੇ ਹੱਥ ਜੋੜ ਕੇ ਚਲੋ ਮੇਰੇ ਨਾਲ ਤੇ ਮੈਂ ਸ਼ਾਹਜਹਾਨ ਕੋਲੋਂ ਬਖਸ਼ਾ ਦੇਵਾਂਗਾ ਤੁਹਾਨੂੰ ਇੱਕ ਦੁਨਿਆਵੀ ਪਾਤਸ਼ਾਹ ਦੇ ਅੱਗੇ ਕਿਸ ਨੂੰ ਝੁਕਾਉਣ ਦੀ ਗੱਲ ਕਰ ਰਿਹਾ ਹੈ ਜੋ ਲੋਕ ਪਰਲੋਕ ਦਾ ਪਾਤਸ਼ਾਹ ਹੈ ਮਹਾਰਾਜ ਨੇ ਸੁਣਿਆ ਵੀ ਹੰਕਾਰ ਵਿੱਚ ਇਹਦਾ ਦਿਮਾਗ ਭੌਂ ਗਿਆ ਹੈ ਹੰਕਾਰ ਵਿੱਚ ਇਹਦੀ ਸੁਰਤੀ ਕੰਮ ਛੱਡ ਗਈ ਹੈ ਤੇ ਜੇ ਨਹੀਂ ਨਾ ਕਹਿੰਦਾ ਮੇਰੇ ਨਾਲ ਜਾਣਾ ਨਹੀਂ ਤੋ ਸੰਭਾਰੋ ਜਿਤੇ ਓਜ ਧਾਰੋ ਕਰੋ ਵਾਰ ਖੰਡਾ ਬਣੇ ਦੋ ਇਹ ਖੰਡਾ ਫਿਰ ਕੱਢੋ ਖੰਡਾ ਤੇ ਮੇਰੇ ਨਾਲ ਮੁਕਾਬਲਾ ਕਰੋ ਮਹਾਰਾਜ ਵੀਰ ਰਸ ਵਿੱਚ ਆਏ ਗੁਰੂ ਕੋਪ ਧਾਰੇ ਸੋ ਬਾਕੰ ਉਚਾਰੇ ਮਹਾਰਾਜ ਜੋਸ਼ ਵਿੱਚ ਆਏ ਕਹਿੰਦੇ ਜੋਗੀ ਦੀ ਸੋ ਤਰਸ ਹੈ ਤਕੇ ਸ਼ਾਹੇ ਪਾਸੇ ਕਹਿੰਦੇ ਐ ਪੈਂਦੇ ਖਾਨ ਗਿੱਦੜਾਂ ਦਾ ਕੰਮ ਹੈ ਅੱਗੇ ਲੱਗ ਕੇ ਚੱਲ ਪੈਣਾ ਗਿੱਦੜਾਂ ਦਾ ਕੰਮ ਹੈ ਮੁਆਫੀ ਮੰਗ ਲੈਣੀ ਸਿਆਰਗ ਝੁਕਦੇ ਨੇ ਸ਼ੇਰਾਂ ਅੱਗੇ ਤੇ ਸ਼ੇਰ ਤੇਰੇ ਸਾਹਮਣੇ ਖਲੋਤਾ ਹੈ ਜੇ ਸ਼ਾਹਜਹਾਨ ਸ਼ੇਰ ਹੁੰਦਾ ਤੇ ਸਾਹਮਣੇ ਆਉਂਦਾ ਗਿੱਦੜ ਬਣ ਕੇ ਮਹਿਲਾਂ 'ਚ ਨਾ ਲੁਕਿਆ ਰਹਿੰਦਾ ਸ਼ੇਰਾਂ ਦਾ ਕੰਮ ਝੁਕਣਾ ਨਹੀਂ ਹੈ ਹਮੈ ਜੰਗ ਭਾਵੈ ਰਿਪੂ ਬ੍ਰਿੰਦ ਘਾਵੈ ਨਹੀਂ ਮੇਲ ਠਾਨੇ ਹਨੇ ਆਯੂ ਥਾਨੇ ਮੈਂ ਮੇਲ ਨਹੀਂ ਕਰਾਂਗਾ ਉਸ ਨਾਲ ਜਿੰਨੇ ਚਾਹੇ ਮੇਰੇ ਨਾਲ ਜੰਗ ਲੜ ਲਵੇ ਹੁਣ ਤੂੰ ਸੱਚਾਈ ਸੁਣ ਲੈ ਤੈਨੂੰ ਬੁਰਕੀਆਂ ਦੇ ਕੇ ਪਾਲਿਆ ਸੀ ਅੱਜ ਤੇਰਾ ਸਮਾਂ ਅੱਜ ਦੇਵਨੇਤ ਤੇਰੇ ਕਰਮਾਂ ਨੂੰ ਐਸਾ ਬਣਾ ਰਹੀ ਹੈ ਸਮਾਂ ਤੇਰਾ ਮੁੱਕ ਗਿਆ ਹੈ ਯਾਦ ਰੱਖੀ ਪੈਂਦੇ ਖਾਨਾ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ ਜਿਨ੍ਹਾਂ ਦੀ ਦਰਗਾਹੋਂ ਸਾਹਾਂ ਦੀ ਚਿੱਠੀ ਪਾੜ ਜਾਵੇ ਕੋਈ ਬਚਾ ਨਹੀਂ ਸਕਦਾ ਤੇਰੇ ਸਾਹਾਂ ਦੀ ਚਿੱਠੀ ਅੱਜ ਪਾੜ ਗਈ ਹੈ ਤੇਰਾ ਅੱਜ ਸਮਾਂ ਆ ਗਿਆ ਹੈ ਕਰੈ ਤੋਰ ਹਾਨਾ ਲੀਜੈ ਸਾਚ ਜਾਨਾ ਅਭੈ ਪ੍ਰਾਨ ਧਾਰੈ ਨਾ ਧਾਮੰ ਸਿਧਾਰੈ ਹੁਣ ਘਰ ਨਹੀਂ ਮੁੜੇਗਾ ਤੂੰ ਉਸ ਦਿਨ ਦਰਬਾਰ ਚੋਂ ਤੈਨੂੰ ਜਾਣ ਦਿੱਤਾ ਜਾਣ ਇਸ ਲਈ ਦਿੱਤਾ ਤੂੰ ਸਮਝ ਜਾਵੇਂ ਅੱਜ ਨਹੀਂ ਮੁੜੇਗਾ ਤੇ ਸਾਡਾ ਕਰਮੀ ਜੰਗ ਲੜਨਾ ਹੈ ਦਾਗੇ ਹੋਏ ਸੋ ਰਨ ਮੈਂ ਜੂਜੈ ਬਿਨ ਦਾਗੈ ਭੱਗ ਜਾਈ ਜਿਨ੍ਹਾਂ ਤੇ ਨਿਸ਼ਾਨ ਹੈ ਕਾਲ ਪੁਰਖ ਦਾ ਉਹ ਡਰਦੇ ਨਹੀਂ ਕਿਸੇ ਤੋਂ ਕਹਿੰਦੇ ਪਰਿਓ ਕਾਲ ਤੁੰਡਾ ਬਣੈ ਰੁੰਡ ਮੁੰਡਾ ਤੇਰਾ ਕਾਲ ਆਇਆ ਹੈ ਤੇਰਾ ਇਹ ਧੜ ਦੇ ਉੱਤੇ ਖਲੋਤਾ ਰੁੰਡ ਉਡਾ ਦੇਵਾਂਗਾ ਮੈਂ ਹੁਣ ਪਾਤਸ਼ਾਹ ਨੇ ਲਲਕਾਰਿਆ ਕਹਿੰਦੇ ਤੇਰਾ ਸਮਾਂ ਆ ਗਿਆ ਹੈ ਪਰ ਕਹਿੰਦੇ ਮੈਂ ਪਹਿਲਾ ਵਾਰ ਨਹੀਂ ਤੇਰੇ ਤੇ ਕਰਨਾ ਤੈਨੂੰ ਹੱਥੀਂ ਪਾਲਿਆ ਹੈ ਮੈਂ ਤੈਨੂੰ ਤਿੰਨ ਮੌਕੇ ਦੇਵਾਂਗਾ ਦੁਨੀਆਂ ਦੇ ਇਤਿਹਾਸ ਵਿੱਚ ਦੋ ਹੀ ਸੂਰਮੇ ਹੋਏ ਨੇ ਇੱਕ ਗੁਰੂ ਗੋਬਿੰਦ ਸਿੰਘ ਦੂਜੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੁਸ਼ਮਣ ਨੂੰ ਪਹਿਲ ਕਰਨ ਦਾ ਮੌਕਾ ਦਿੱਤਾ ਹੈ ਨਹੀਂ ਤੇ ਦੁਸ਼ਮਣ ਇਹੀ ਸੋਚਦਾ ਵੀ ਪਹਿਲਾਂ ਹੀ ਢਾ ਲਈਏ ਕੰਮ ਨਬੇੜ ਦਈਏ ਵੈਰੀ ਦਾ ਔਰ ਇੱਕ ਵਾਰ ਕਰਨ ਦਾ ਮੌਕਾ ਦੇ ਦੇਣਾ ਇਹ ਤੇ ਹੋ ਸਕਦਾ ਹੈ ਇਹ ਕਹਿ ਦੇਣਾ ਵੀ ਪਹਿਲਾ ਵਾਰ ਨਿਸਫਲ ਗਿਆ ਦੂਜਾ ਵਾਰ ਕਰ ਲੈ ਦੂਜਾ ਵਾਰ ਨਿਸਫਲ ਗਿਆ ਤੀਜਾ ਵਾਰ ਕਰ ਲੈ ਇਹ ਤੇ ਗੁਰੂ ਹਰਗੋਬਿੰਦ ਗੁਰੂ ਗੋਬਿੰਦ ਹੀ ਕਰ ਸਕਦੇ ਨੇ ਹੋਰ ਕੋਈ ਤੀਸਰਾ ਪੈਦਾ ਨਹੀਂ ਹੋਇਆ ਜਾਣਦੇ ਨੇ ਨਾ ਰੱਬ ਦੇ ਸਰਗੁਣ ਸਰੂਪ ਨੇ ਰੱਬ ਨੂੰ ਕਿਹੜਾ ਢਾ ਸਕਦਾ
ਬੰਦੇ ਨੂੰ ਬੰਦਾ ਢਾ ਸਕਦਾ, ਰੱਬ ਨੂੰ ਥੋੜੀ ਬੰਦਾ ਢਾ ਸਕਦਾ। ਮਹਾਰਾਜ ਕਹਿੰਦੇ ਵੇਖ ਤੈਨੂੰ ਇਸ ਲਈ ਪਹਿਲਾ ਵਾਰ ਕਰਨ ਲਈ ਕਹਿ ਰਹੇ ਹਾਂ, ਇੱਕ ਤੇ ਹੱਥੀਂ ਪਾ ਲਿਆ ਤੇ ਦੂਜਾ ਤੂੰ ਸ਼ਾਹਜਹਾਂ ਦੇ ਦਰਬਾਰ ਵਿੱਚ ਬੜਾ ਟੱਪ ਟੱਪ ਕੇ ਕਹਿੰਦਾ ਸੀ ਵੀ ਮੈਂ ਗੁਰੂ ਨੂੰ ਬੰਨ ਲਿਆਵਾਂਗਾ, ਗੁਰੂ ਮੇਰੇ ਆਸਰੇ ਜੰਗਾਂ ਲੜਦਾ ਰਿਹਾ ਹੈ ਤੇ ਚੱਲ ਹੁਣ ਆਪਣਾ ਬਚਨ ਪੂਰਾ ਕਰਤੇ ਲੈ, ਪਹਿਲਾ ਵਾਰ ਤੂੰ ਕਰ ਲੈ। ਇਤਿਹਾਸ ਵਿੱਚ ਜ਼ਿਕਰ ਹੈ ਵੀ ਉਹਨੇ ਤਿੱਖੀ ਤਲਵਾਰ ਲਈ ਤੇ ਹਿਰਦੇ ਵਿੱਚ ਸੋਚਿਆ ਵੀ ਘੋੜੇ ਤੇ ਮਹਾਰਾਜ ਨੇ ਘੋੜੇ ਤੇ ਮੈਂ ਆ, ਜ਼ੋਰ ਨਹੀਂ ਪਵੇਗਾ, ਇਹ ਤਲਵਾਰ ਨਾਲ ਢਾਲੇ ਨਾਲ ਮੇਰਾ ਵਾਰ ਰੋਕਣਗੇ, ਮੈਂ ਘੋੜੇ ਤੋਂ ਉਤਰ ਕੇ ਵਾਰ ਕਰਾਂ, ਜੇ ਚੱਲ ਗਿਆ ਠੀਕ ਹੈ, ਨਹੀਂ ਤੇ ਮੋਢਾ ਲਾ ਕੇ ਸਣੇ ਘੋੜਾ ਪੜਕ ਕੇ ਮਾਰਾਂਗਾ ਗੁਰੂ ਨੂੰ ਮੈਂ। ਇਹ ਵਿਉਂਤ ਬਣਾਈ ਉਸਨੇ, ਮਹਾਰਾਜ ਦੇ ਸਾਹਮਣੇ ਘੋੜਾ ਛੱਡਿਆ। ਹੈ ਉੱਪਰ ਮੋਹ ਬਲ ਲਾਗ ਨਹੀਂ, ਹੈ ਉੱਪਰ ਮੋਹ ਬਲ ਲਾਗ ਨਹੀਂ, ਮਿਲ ਦੋਏ ਤਰੰਗਮ ਲਰੰਤ ਸਹੀ, ਦੋਵੇਂ ਸੂਰਮੇ ਘੋੜਿਆਂ ਤੇ ਚੜ ਕੇ ਲੜਨ ਤੇ ਮੇਰਾ ਉੱਥੇ ਜ਼ੋਰ ਨਹੀਂ ਪੈਣਾ। ਇਤਿਹਾਸ ਗਵਾਹ ਹੈ ਘੋੜੇ ਤੋਂ ਉਤਰਿਆ, ਜਦੋਂ ਪੈਂਦੇ ਖਾਂ ਘੋੜੇ ਤੋਂ ਉਤਰਿਆ, ਖੜਗ ਲੈ ਲਈ, ਤਲਵਾਰ ਲੈ ਲਈ ਤੇ ਗੁਰੂ ਹਰਗੋਬਿੰਦ ਸਾਹਿਬ ਤੇ ਉੱਛਲ ਕੇ ਉਸ ਨਮਕ ਹਰਾਮੀ ਨੇ ਆਪਣੀ ਪਰਵਰਿਸ਼ ਕਰਨ ਵਾਲੇ ਰਹਿਬਰ ਦੇ ਉੱਤੇ ਵਾਰ ਕਰ ਦਿੱਤਾ। ਵੇਖੋ ਹੰਕਾਰ ਕੀ ਕੁਝ ਕਰਾਉਂਦਾ ਹੈ। ਕਰਮ ਸਿਰਫ ਇੰਨਾ ਹੀ ਕਰਨਾ ਸੀ ਵੀ ਮਹਾਰਾਜ ਸਾਡੇ ਜਵਾਈ ਭਾਈ ਨੇ ਤੁਹਾਡਾ ਬਾਜ ਚੁਰਾ ਲਿਆ ਤੇ ਕਿਰਪਾ ਦੇ ਦਾਤਾਰ ਹੋ, ਇੰਨੀਆਂ ਦਾਤਾਂ ਬਖਸ਼ ਦਿਓ, ਬਾਜ ਵੀ ਹੁਣ ਬਖਸ਼ ਦਿਓ ਤੇ ਗੱਲ ਨਿਬੜ ਜਾਂਦੀ। ਗੁਰੂ ਨੇ ਕਿਹੜਾ ਮੋੜਨਾ ਸੀ, ਪਰ ਗੁਰੂ ਸਾਹਮਣੇ ਕੁਫਰ ਤੋਲਿਆ। ਇਹਨੂੰ ਕਹਿੰਦੇ ਨੇ ਵੀ ਗੁਰੂ ਨੂੰ ਝੂਠ ਨਹੀਂ ਪਾਉਂਦਾ, ਤਾਂ ਉਹ ਕਹਿੰਦਾ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਉਹਨੂੰ ਝੂਠਾ ਬੰਦਾ ਨਹੀਂ ਪਾਉਂਦਾ। ਇਹ ਸਾਰੀ ਲੜਾਈ ਝੂਠ ਦੀ ਹੈ, ਹੰਕਾਰ ਦੀ ਹੈ। ਮਹਾਰਾਜ ਸਾਹਮਣੇ ਤਲਵਾਰ ਦਾ ਵਾਰ ਕੀਤਾ। ਹਰ ਗੋਬਿੰਦ ਦੇਖਤ ਧੀਰ ਧਰੀ, ਪਗ ਸਾਥ ਸ਼ਿਤਾਬ ਰਕਾਬ ਕਰੀ। ਰਕਾਬ ਸਮਝਦੇ ਹੋ, ਦੋਵੇਂ ਚਰਨ ਰਕਾਬਾਂ ਵਿੱਚ ਪਾਏ ਸਨ ਤੇ ਦੋਵਾਂ ਰਕਾਬਾਂ ਦਾ ਭਾਰ 10 ਸੇਰ ਦੇ ਇਰਦ ਗਿਰਦ ਸੀ। ਉਹ ਕਿਲੋ ਵਿੱਚ ਕਨਵਰਟ ਕਰ ਲਓ ਜਿੰਨਾ ਵੀ ਹੋਵੇ, 7-8 ਕਿਲੋ ਦੇ ਕਰੀਬ। ਮਹਾਰਾਜ ਨੇ ਰਕਾਬ ਉੱਤੇ ਕੀਤੀ ਤੇ ਰਕਾਬ ਦੇ ਉੱਤੇ ਪ੍ਰਚੰਡ ਵਾਰ, ਉਸ ਪੈਂਦੇ ਖਾਂ ਦਾ ਰੋਕ ਲਿਆ। ਜਦੋਂ ਪਹਿਲਾ ਵਾਰ ਵਿਅਰਥ ਚਲਿਆ ਗਿਆ, ਪੁਨ ਪੈਂਦ ਖਾਨ ਕੁਪਕੈ ਪ੍ਰਚੰਡ ਖੰਡਾ ਉਭਾਰ, ਬਾਹੂ ਦੰਡ ਫਿਰ ਖੰਡਾ ਚੁੱਕਿਆ, ਫਿਰ ਖੜਕ ਚੁੱਕੀ। ਦੂਸਰਾ ਵਾਰ ਕਰਨ ਦੇ ਲਈ ਬਾਦਸ਼ਾਹ ਵੱਲ ਨੂੰ ਵਧਿਆ ਹੈ ਤੇ ਇਤਿਹਾਸ ਵਿੱਚ ਜ਼ਿਕਰ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਕੁੱਲ ਕਾਇਨਾਤ ਦੇ ਮਾਲਕ ਨੇ ਢਾਲਾ ਕਰਕੇ ਇਹਦਾ ਵਾਰ ਖੰਡੇ ਦਾ ਰੋਕ ਲਿਆ। ਜਦੋਂ ਮਹਾਰਾਜ ਨੇ ਵਾਰ ਰੋਕ ਲਿਆ, ਉਹ ਖੰਡਾ ਜਦੋਂ ਢਾਲੇ ਤੇ ਲੱਗਾ, ਖੰਡਾ ਦੁਖੰਡ ਟੂਟਿਓ ਪ੍ਰਚੰਡ, ਖੰਡਾ ਦੁਖੰਡ ਟੂਟਿਓ ਪ੍ਰਚੰਡ, ਰਹਿ ਹੱਥ ਮੁਸ਼ਟ ਵੱਢ ਬਾਹੋ ਦੰਡ, ਹੱਥ ਵਿੱਚ ਮੁੱਠਾ ਹੀ ਰਹਿ ਗਿਆ, ਉਹ ਖੰਡਾ ਟੁੱਟ ਗਿਆ, ਉਹਦਾ ਬਲੇਡ ਟੁੱਟ ਗਿਆ। ਮਹਾਰਾਜ ਵੱਲ ਤੱਕਿਆ, ਸੋਚਿਆ ਵੀ ਹੁਣ ਵਾਰ ਕਰਨਗੇ, ਖਾਲੀ ਹੱਥ ਸੀ ਤੇ ਬਾਦਸ਼ਾਹ ਕਹਿੰਦੇ ਪੈਂਦੇ ਖਾਨਾ ਤੂੰ ਲਾਚਾਰ ਹੋ ਗਿਆ ਹੈ, ਮੈਂ ਲਾਚਾਰ ਬੰਦੇ ਤੇ ਵਾਰ ਨਹੀਂ ਕਰਦਾ, ਜਾ ਪੈਦੇ ਖਾਨਾ ਤੈਨੂੰ ਤੀਸਰਾ ਮੌਕਾ ਦਿੱਤਾ ਵੀ ਤੂੰ ਤੀਜਾ ਵਾਰ ਵੀ ਮੇਰੇ ਤੇ ਕਰ ਲੈ, ਕਿਤੇ ਕੋਈ ਦਿਲ ਦਾ ਵਲਵਲਾ ਤੇਰੇ ਅੰਦਰ ਹੀ ਨਾ ਰਹਿ ਜਾਵੇ। ਮਹਾਰਾਜ ਦੇ ਉੱਤੇ ਉਸਨੇ ਤੀਸਰਾ ਵਾਰ ਵੀ ਕੀਤਾ। ਮਹਾਰਾਜ ਨੇ
ਤਲਵਾਰ ਦੇ ਉੱਤੇ ਤੀਸਰਾ ਵਾਰ ਉਹਦਾ ਟਕਿਆ। ਸੂਰਮਿਆਂ ਕੋਲ ਕਈ ਸ਼ਸਤਰ ਹੁੰਦੇ ਨੇ, ਜਦੋਂ ਤਿੰਨ ਵਾਰ ਉਸਦੇ ਨਿਸਫਲ ਚਲੇ ਗਏ ਤੇ ਮਹਾਰਾਜ ਕਹਿੰਦੇ ਪੈਂਦੇ ਖਾਨਾ ਹੁਣ ਸੰਭਲ, ਹੁਣ ਸਾਡੀ ਵਾਰੀ ਹੈ, ਹੁਣ ਸੰਭਲ, ਹੁਣ ਪੈਂਦੇ ਖਾਂ ਦੌੜ ਕੇ ਘੋੜੇ ਵੱਲ ਵਧਿਆ। ਕਹਿੰਦਾ ਵਾਰ ਕਰਨ ਦੇਵਾਂਗਾ ਤਾਂ ਫਿਰ ਹੀ ਹੈ ਨਾ। ਘੋੜੇ ਵੱਲ ਨੂੰ ਵਧਿਆ ਤੇ ਦੀਨ ਦੁਨੀਆਂ ਦੇ ਮਾਲਕ ਦੇ ਘੋੜੇ ਦੇ ਥੱਲੇ ਮੋਢਾ ਲਾ ਕੇ ਜੱਫਾ ਭਰ ਕੇ, ਉਹ ਜਿਹੜੀ ਬੈਲਟ ਦੇ ਨਾਲ ਕਾਠੀ ਕੱਸੀ ਹੁੰਦੀ ਹੈ, ਸੰਜੋਅ ਦੇ ਨਾਲ ਜਿਹੜੀ ਬੈਲਟ ਸੀ ਘੋੜੇ ਦੇ, ਉਸਨੂੰ ਪਕੜ ਕੇ ਮੋਢਾ ਲਾ ਕੇ ਤੇ ਘੋੜੇ ਸਣੇ ਪਾਤਸ਼ਾਹ ਨੂੰ ਉਛਾਲਣ ਲੱਗਾ ਹੈ। ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਤਿਸਤੇ ਨਾ ਉੱਠ ਹੈ ਗੁਰ ਗੁਰ ਵਡੇਰਾ, ਤਿਸਤੇ ਨਾ ਉੱਠ ਹੈ ਗੁਰ ਗੁਰ ਵਡੇਰਾ। ਇਹ ਹੁਣ ਆਮ ਸੂਰਮਾ ਤੇ ਹੈ ਨਹੀਂ ਸੀ, ਇਹ ਕੌਣ ਸੀ? ਤਿਸਤੇ ਨਾ ਉੱਠੈ ਗੁਰ ਗੁਰ ਵਡੇਰਾ, ਸਮਰੱਥ ਉਚਾਏ ਸਾਖੇ ਸੁਮੇਰਾ। ਗੁਰੂ ਨੂੰ ਚੁੱਕਣਾ ਤੇ ਇਉਂ ਹੈ ਜਿਵੇਂ ਸੁਮੇਰ ਪਰਬਤ ਨੂੰ ਚੁੱਕਣਾ ਆਵੇ, ਤੇ ਗੁਰੂ ਤਿੰਨਾਂ ਲੋਕਾਂ ਦਾ ਮਾਲਕ ਤੇ ਕੌਣ ਇਸ ਨੂੰ ਚੁੱਕ ਸਕਦਾ ਹੈ? ਮਹਾਰਾਜ ਨੇ ਛਡਾਉਣਾ ਚਾਹਿਆ, ਚੁੱਕੇ ਤੇ ਗਏ ਨਾ ਪਾਤਸ਼ਾਹ, ਛਡਾਉਣਾ ਚਾਹਿਆ ਘੋੜਾ ਤੇ ਬੜੇ ਬਲ ਨਾਲ ਘੋੜੇ ਨੂੰ ਪਕੜ ਕੇ ਖਲੋਤਾ ਸੀ ਉਹ, ਮਹਾਰਾਜ ਨੇ ਅੱਡੀ ਲਾਈ, ਘੋੜਾ ਤੁਰੇ ਹੀ ਨਾ, ਘੋੜੇ ਨਾਲੋਂ ਬਲ ਜ਼ਿਆਦਾ ਸੀ ਪੈਂਦੇ ਖਾਂ ਵਿੱਚ। ਜਦੋਂ ਘੋੜਾ ਤੁਰਿਆ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੋਲੇ ਵੰਗਾਰ, ਸੁਣ ਰੇ ਪਠਾਨ ਮਮ ਵਾਰ ਦੇਹੋ ਬਨ ਸਾਵਧਾਨ। ਕਹਿੰਦੇ ਪਠਾਣਾ ਹੁਣ ਮੈਂ ਤੇਰੇ ਤੇ ਵਾਰ ਕਰਨ ਲੱਗਾ ਹਾਂ, ਤੂੰ ਤਿੰਨ ਵਾਰ ਮੇਰੇ ਤੇ ਕਰ ਲਏ ਨੇ। ਦੀਨ ਦੁਨੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਢਾਲਾ ਲੈ ਕੇ ਸਿਰ ਵਿੱਚ ਮਾਰਿਆ, ਉਹ ਦੂਰ ਹੋ ਕੇ ਘੋੜੇ ਤੋਂ ਪਰਾ ਹੋ ਕੇ ਡਿੱਗ ਪਿਆ ਤੇ ਮੂਰਛਿਤ ਹੋ ਗਿਆ, ਬੇਹੋਸ਼ ਹੋ ਗਿਆ, ਪਾਤਸ਼ਾਹ ਘੋੜੇ ਤੋਂ ਉਤਰੇ ਨੇ। ਵੇਖੋ ਕਿੱਦਾਂ ਦਾ ਬਿਰਧ ਹੈ, ਹੱਥੀਂ ਪਾਲਿਆ ਹੈ ਤੇ ਘੋੜੇ ਤੋਂ ਉਤਰ ਕੇ ਉਡੀਕਣ ਲੱਗ ਪਏ ਵੀ ਹੁਣ ਉੱਠੇ ਤੇ ਜੰਗ ਲੜੀਏ, ਤੇ ਮੂਰਛਿਤ ਹੋ ਗਿਆ, ਵਾਰ ਨਹੀਂ ਕੀਤਾ ਉਤਰ ਕੇ। ਜਦੋਂ ਵਾਰ ਨਾ ਕੀਤਾ ਉਡੀਕਦੇ ਨੇ, ਪੈਂਦੇ ਖਾਂ ਮੂਰਛਿਤ ਹੋਇਆ ਪਿਆ, ਲੜਾਈ ਥੰਮ ਗਈ ਵੀ ਪੈਂਦੇ ਖਾਂ ਡਿੱਗ ਪਿਆ ਏ, ਤੇ ਕਹਿੰਦਾ ਸੀ ਗੁਰੂ ਨੂੰ ਚੁਟਕੀਆਂ 'ਚ ਹੀ ਬੰਨ ਕੇ ਲੈ ਜਾਓ। ਮਹਾਰਾਜ ਨੇ ਉਡੀਕਿਆ, ਪੈਂਦੇ ਖਾਂ ਉੱਠਿਆ, ਫਿਰ ਗੱਜ ਕੇ ਪਾਤਸ਼ਾਹ ਕਹਿੰਦੇ ਸੁਣ ਰੇ ਪਠਾਨ। ਮਹਾਰਾਜ ਫਿਰ ਵੰਗਾਰਦੇ ਨੇ, ਬੋਲੇ ਵੰਗਾਰ ਸੁਣ ਰੇ ਪਠਾਨ ਮਮ ਵਾਰ ਇਹੋ ਬਨ ਸਾਵਧਾਨ, ਮੇਰਾ ਵਾਰ ਹੁਣ ਚੱਲ ਤੂੰ। ਤੇ ਪੈਂਦੇ ਖਾਂ ਕਹਿੰਦਾ ਤੁਹਾਨੂੰ ਵਾਰ ਮੈਂ ਕਰਨ ਹੀ ਨਹੀਂ ਦੇਣਾ, ਉੱਠ ਕੇ ਕਹਿੰਦਾ ਤੁਹਾਨੂੰ ਵਾਰ ਕਰਨ ਹੀ ਨਹੀਂ ਦੇਣਾ, ਅੱਗੇ ਦੇ ਛੁੱਟ ਗਏ ਜੇ ਘੋੜਾ ਫੜਿਆ ਸੀ, ਹੁਣ ਨਹੀਂ ਛੁੱਟੋਗੇ, ਹੁਣ ਘੋੜੇ ਤੋਂ ਉਤਰੇ ਜੇ ਐਸਾ ਜੱਫੇ ਵਿੱਚ ਲਵਾਂਗਾ, ਪੀਸ ਕੇ ਸੁੱਟ ਦੇਵਾਂਗਾ। ਗੁਰੂ ਹਰਗੋਬਿੰਦ ਸਾਹਿਬ ਵੱਲ ਵਧਿਆ ਤੇ ਕਹਿੰਦਾ ਚੁੱਕ ਕੇ ਹੀ ਲੈ ਜਾਵਾਂਗਾ ਸ਼ਾਹਜਹਾਨ ਦੇ ਦਰ ਉੱਤੇ ਤੁਹਾਨੂੰ। ਹੰਕਾਰ ਵਿੱਚ ਗਲਦਾਨ ਤੇ ਜਦੋਂ ਪਾਤਸ਼ਾਹ ਵੱਲ ਵਧਿਆ, ਸੁਣ ਗੁਰੂ ਕੋਪ ਤੇ ਲਾਲ ਨੈਣ, ਸੁਣ ਗੁਰੂ ਕੋਪ ਤੇ ਲਾਲ ਨੈਣ, ਨਹੇ ਗਹਿਓ ਛੁੱਟ ਗਾ ਸੁਖੈਨ। ਹੁਣ ਮਹਾਰਾਜ ਕਹਿੰਦੇ ਸੁਖੈਨ ਹੀ ਛੁੱਟ ਜਾਵਾਂਗਾ, ਤੂੰ ਮੈਨੂੰ ਪਕੜ ਨਹੀਂ ਸਕਦਾ। ਇਹ ਪੈਂਦੇ ਖਾਂ ਪਾਤਸ਼ਾਹ ਵੱਲ ਵਧਦਾ ਹੈ, ਮਹਾਰਾਜ ਖੜਗ ਲੈ ਕੇ ਪੈਂਦੇ ਖਾਂ ਵੱਲ ਵਧਦੇ ਨੇ। ਜਦੋਂ ਦੀਨ ਦੁਨੀਆਂ ਦੇ ਮਾਲਕ ਨੂੰ
ਅੱਗੇ ਹੋ ਕੇ ਜੱਫੇ ਵਿੱਚ ਲੈਣ ਲੱਗਾ। ਮਹਾਰਾਜ ਚੰਚਲਤਾਈ ਦੇ ਨਾਲ ਪਾਸੇ ਹਟੇ ਨੇ। ਕਵੀ ਜੀ ਕਹਿੰਦੇ ਅਵਕਾਸ਼ ਪਾਏ ਸ੍ਰੀ ਹਰਗੋਬਿੰਦ, ਖਰ ਖੱਗ ਪ੍ਰਚੰਡ ਤੜਿਤਾ ਮਨਿੰਦ। ਪਾਸੇ ਹੋ ਕੇ ਝਾਕੀ ਦੇ ਕੇ ਚੰਚਲਤਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਤਲਵਾਰ, ਉਹ ਖੜਗ, ਉਹ ਦੀਨ ਦੁਨੀਆ ਦੇ ਮਾਲਕ ਨੇ ਤੇਗਾ ਹਵਾ ਵਿੱਚ ਲਹਿਰਾਇਆ ਹੈ। ਇਉਂ ਲੱਗਿਆ ਕਵੀ ਸੰਤੋਖ ਸਿੰਘ ਕਹਿੰਦੇ ਜਿਵੇਂ ਬਿਜਲੀ ਚਮਕੀ ਹੋਵੇ। ਮਹਾਰਾਜ ਅਵਕਾਸ਼ ਪਾਏ, ਮੌਕਾ ਪਾ ਕੇ ਅਵਕਾਸ਼ ਪਾਏ ਸ੍ਰੀ ਹਰਗੋਬਿੰਦ, ਖਰ ਖੱਗ ਪ੍ਰਚੰਡ ਤੜਿਤਾ ਮਨਿੰਦ। ਬਲ ਤੇ ਉਭਾਰ ਸ਼ਤਰੂ ਸਰੀਰ, ਬਲ ਤੇ ਉਭਾਰ ਸ਼ਤਰੂ ਸਰੀਰ, ਕੀਨੋ ਪ੍ਰਹਾਰ ਦੀਨੋ ਸੋ ਚੀਰ। ਚੁੱਕ ਕੇ ਉਹ ਪ੍ਰਚੰਡ ਜਿਹੀ ਖੜਗ, ਚੁੱਕ ਕੇ ਉਹ ਤੇਗਾ ਗੁਰੂ ਹਰਗੋਬਿੰਦ ਸਾਹਿਬ ਨੇ ਪੈਦੇ ਖਾਂ ਨੂੰ ਆਖਿਆ, ਪੈਦੇ ਖਾਨਾ ਕਲਮਾ ਪੜ ਲੈ, ਤੇਰਾ ਅੰਤ ਸਮਾਂ ਆ ਗਿਆ ਹੈ। ਅੱਜ ਤੈਨੂੰ ਕਾਲ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਵਾਰ ਤੋਂ ਨਹੀਂ ਬਚਾ ਸਕਦਾ। ਮੁਹੰਮਦ ਜੀ ਨੂੰ ਯਾਦ ਕਰ ਲੈ, ਆਪਣੇ ਇਸ਼ਟ ਨੂੰ ਯਾਦ ਕਰ ਲੈ, ਕਿਉਂਕਿ ਗੁਰੂ ਹਰਗੋਬਿੰਦ ਦੇ ਵਾਰ ਤੋਂ ਤੈਨੂੰ ਖੁਦ ਮੌਤ ਵੀ ਬਚਾ ਨਹੀਂ ਸਕਦੀ, ਕਿਉਂਕਿ ਕਾਲ ਵੀ ਖੁਦਾ ਦੇ ਹੁਕਮ ਵਿੱਚ ਹੈ ਤੇ ਖੁਦਾ ਇੱਥੇ ਦੁਨੀਆਂ ਦੇ ਉੱਤੇ ਆਪ ਨਾਰਾਇਣ। ਕਲਾਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ, ਗੁਰੂ ਗੋਬਿੰਦ ਗੁਰੂ ਹਰਗੋਬਿੰਦ ਬਣ ਕੇ ਆਇਆ ਹੈ ਤੇ ਤੈਨੂੰ ਹੁਣ ਮੈਥੋਂ ਮੌਤ ਵੀ ਨਹੀਂ ਬਚਾਵੇਗੀ। ਮਹਾਰਾਜ ਨੇ ਲਲਕਾਰਿਆ ਹੈ ਤੇ ਉਹ ਬੋਲ ਸੁਣਿਓ। ਜਦੋਂ ਮਹਾਰਾਜ ਵਾਰ ਕਰਨ ਲੱਗੇ ਤੇ ਪੈਂਦੇ ਖਾਂ ਕਹਿੰਦਾ, ਜਬ ਗਿਰਨ ਲਾਗ ਕਹਿ ਗੁਰ ਉਧਾਰ, ਤਬ ਤੁਰਕ ਜਨਮ ਕਲਮਾ ਉਚਾਰ। ਮਹਾਰਾਜ ਜਦੋਂ ਵੇਖਦੇ ਨੇ ਡਿੱਗਣ ਲੱਗਾ ਹੈ, ਕਹਿੰਦੇ ਆ ਤੁਰਕ ਤੂੰ ਕਲਮਾ ਉਚਾਰ ਲੈ ਤੇ ਮਰਨ ਲੱਗਾ, ਡਿੱਗਣ ਲੱਗਾ, ਢਹਿਣ ਲੱਗਾ। ਪੈਂਦੇ ਖਾਂ ਗੱਜ ਕੇ ਬੋਲਿਆ, ਗਿਰਨ ਲੱਗਿਓ, ਗਿਰਨ ਲੱਗਿਓ ਪੈਂਦੇ ਖਾਨ ਤਬੈ ਸ੍ਰੀ ਗੁਰ ਤੁਵ ਤਲਵਾਰ। ਭਈ ਰੂਪ ਕਲਮਾ ਅਬ ਹੈ ਕਰੀਐ ਮੋਹੈ ਉਧਾਰ। ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ, ਹੁਣ ਕਲਮਾ ਤੇ ਤੇਰੀ ਤਲਵਾਰ ਨਹੀਂ ਪੜ ਦੇਣੀ ਹੈ, ਇਹ ਕਲਮਾ ਜਿਹੜੀ ਤੇਰੀ ਤਲਵਾਰ ਨੇ ਪੜ੍ਹਨੀ ਹੈ, ਇਹਦੇ ਨਾਲ ਨਿਜ਼ਾਕਤ ਮਿਲ ਜਾਣੀ ਹੈ, ਮੁਕਤੀ ਮਿਲ ਜਾਣੀ ਹੈ, ਮੈਨੂੰ ਹੋਰ ਕੋਈ ਕਲਮਾ ਪੜ੍ਹਨ ਦੀ ਹੁਣ ਲੋੜ ਨਹੀਂ ਜਾਪਦੀ। ਸਮਝ ਗਿਆ, ਅਵਕਾਸ਼ ਪਾਏ ਸ੍ਰੀ ਹਰਗੋਬਿੰਦ, ਖਰ ਖੱਗ ਪ੍ਰਚੰਡ ਤੜਤਾ ਮਨੰਦ। ਬਲ ਤੇ ਉਭਾਰ ਕੀਨੋ ਪ੍ਰਹਾਰ ਦੀਨੋ ਸੋਚੀਰ। ਜਦੋਂ ਵਾਰ ਕੀਤਾ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੇ, ਬਲ ਤੇ ਉਭਾਰ ਸ਼ਤਰ ਸਰੀਰ, ਕੀਨੋ ਪ੍ਰਹਾਰ ਦੀਨੋ ਸੋਚੀਰ। ਕਲਵੱਤਰ ਮਨੋ ਲੈ ਕੇ ਤਰਖਾਨ, ਕਲਵੱਤਰ ਮਨੋ ਲੈ ਕੇ ਤਰਖਾਨ, ਜਿਮ ਕਰਤ ਦੋਏ ਕਾਸ਼ਟ ਮਹਾਨ। ਜਿਵੇਂ ਕੋਈ ਕਾਰੀਗਰ, ਜਿਵੇਂ ਕੋਈ ਰਾਮ ਗੜੀਆ ਸਿੱਖ ਲੈ ਕੇ ਆਰਾ ਰੁੱਖ ਚੀਰਦਾ ਏ, ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਂ ਦੇ ਗਲੂਏ ਮੁਬਾਰਕ ਤੇ ਵਾਰ ਕੀਤਾ। ਵੱਖੀ ਚੋਂ ਤਲਵਾਰ ਇਉਂ ਦੋ ਟੁੱਕੇ ਕਰਕੇ ਲੰਘ ਗਈ, ਜਿਵੇਂ ਕੋਈ ਸਾਬਣ ਬਣਾਉਣ ਵਾਲਾ ਤਾਰ ਨਾਲ ਸਾਬਣ ਨੂੰ ਚੀਰਦਾ ਹੈ, ਜਿਵੇਂ ਕੋਈ ਰਾਮ ਗੜੀਆ ਸਿੱਖ ਆਰਾ ਲੈ ਕੇ ਰੁੱਖ ਨੂੰ ਚੀਰਦਾ ਹੈ ਤੇ ਵੱਡਾ ਰੁੱਖ ਦੋ ਫਾੜ ਹੋ ਕੇ ਡਿੱਗਦਾ ਹੈ। ਗੁਰੂ ਦੀ ਤਲਵਾਰ ਨੇ ਪੈਂਦੇ ਖਾਂ ਮਿੱਟੀ ਵਿੱਚ ਮਿਲਾ ਦਿੱਤਾ, ਦੋ ਫਾੜ ਕਰਕੇ ਸੁੱਟ ਦਿੱਤਾ। ਧੁੱਪ ਪੈਂਦੀ ਸੀ ਫਿਰ ਵੀ ਹੱਥੀਂ ਪਾਲਿਆ ਸੀ, ਢਾਲਾ ਲੈ ਕੇ ਮਹਾਰਾਜ ਉਹਦੇ ਸਿਰ ਤੇ ਕਰਦੇ ਨੇ ਵੀ ਫਿਰ ਵੀ ਆਪ ਹੀ ਪਾਲਿਆ ਸੀ ਅਸੀਂ। ਐਸੇ ਗੁਰੂ ਪਾਤਸ਼ਾਹ,
ਐਸੀ ਉਹਦੀ ਸ਼ਖਸੀਅਤ, ਐਸੀ ਉਹਦੀ ਬੁਲੰਦ ਹਸਤੀ। ਪਰ ਠੀਕ ਹੈ, ਇਸਨੇ ਨਮਕ ਹਰਾਮ ਕੀਤਾ ਸੀ। ਮੇਰੇ ਗੁਰੂ ਦਾ ਸੁਭਾਅ ਹੈ ਗੁਰਗੋਪਾਲ ਗੁਰਗੋਬਿੰਦਾ, ਗੁਰਗੋਪਾਲ ਗੁਰਗੋਬਿੰਦਾ, ਗੁਰਦਿਆਲ ਸਦਾ ਬਖਸ਼ਿੰਦਾ। ਉਹ ਸਦਾ ਹੀ ਬਖਸ਼ਣ ਵਾਲਾ ਹੈ ਸੱਚਾ ਪਾਤਸ਼ਾਹ। ਜਿਵੇਂ ਬੱਚੇ ਕੋਈ ਗਲਤੀ ਕਰਨ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਜੀਤਨਾ, ਰਾਕਸ ਦੇਤੇ ਐਸਾ ਉਹਦਾ ਬਖਸ਼ਿੰਦ ਬਿਰਧ। ਪੈਂਦੇ ਖਾਂ ਦਾ ਸੰਘਾਰ ਕੀਤਾ, ਕੱਲ ਵੀ ਆਪਾਂ ਜ਼ਿਕਰ ਕੀਤਾ ਸੀ, ਜਿਹੜਾ ਤਲਵਾਰ ਜਿਹੜਾ ਤੀਰ ਉਹਦੇ ਨੂੰ ਛੂ ਗਿਆ ਉਹਨੂੰ ਮੁਕਤੀ ਮਿਲੀ ਜਾਂਦੀ ਹੈ, ਕਿਉਂਕਿ ਗੁਰੂ ਹੀ ਮੁਕਤੀਦਾਤਾ ਹੈ। ਗੁਰੂ ਮਹਾਰਾਜ ਨੇ ਕਰਤਾਰਪੁਰ ਦਾ ਜੰਗ ਕਾਲੇ ਖਾਂ ਵਰਗਿਆਂ ਨੂੰ ਮਾਰ ਕੇ ਜਿੱਤਿਆ। ਸ਼ਾਹਜਹਾਂ ਨੂੰ ਜੀਵਨ ਕਾਲ ਵਿੱਚ 4 ਜੰਗ ਹਰਾਏ। ਫਿਰ ਇਸੇ ਗੁਰੂ ਹਰਗੋਬਿੰਦ ਸਾਹਿਬ ਦੇ ਲਖਤੇ ਜਿਗਰ, ਗੁਰੂ ਤੇਗ ਬਹਾਦਰ ਸਾਹਿਬ ਦੇ ਲਖਤੇ ਜਿਗਰ ਗੁਰੂ ਗੋਬਿੰਦ ਸਿੰਘ ਨੇ 14 ਜੰਗਾਂ ਵਿੱਚ ਮੁਗਲੀਆ ਸਲਤਨਤ ਦਾ ਖੁਰਾ ਖੋਜ ਮਿਟਾਇਆ। ਐਸੀ ਤਲਵਾਰ ਮਿਆਨ 'ਚੋਂ ਨਿਕਲੀ, ਫਿਰ ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬਘੇਲ ਸਿੰਘ ਹੁਣਾਂ ਨੇ ਦਿੱਲੀ ਜਿੱਤ ਕੇ ਤਲਵਾਰ ਮਿਆਨ ਵਿੱਚ ਪਾਈ। ਖਾਲਸੇ ਦਾ ਰਾਜ ਫਿਰ ਹੋਇਆ ਭਾਰਤ ਵਰਸ਼ 'ਤੇ। ਐਸਾ ਮਹਾਨ ਗੁਰੂ ਕਿਆਂ ਦਾ ਇਤਿਹਾਸ ਹੈ। ਮੈਂ ਇੱਕ ਸ਼ੇਰ ਪੜ੍ਹ ਕੇ ਫਤਿਹ ਬੁਲਾਵਾਂ। ਤੇਗਸ਼ ਦੁਸ਼ਗਨ ਅਫਗਨ, ਤੇਗਸ਼ ਦੁਸ਼ਮਨ ਅਫਗਨ ਵਾ ਤੀਰ ਸ਼ਖਾਰਾ ਸ਼ਿਕਨ, ਪੱਥਰਾਂ ਵਰਗੇ ਦੁਸ਼ਮਣਾਂ ਨੂੰ ਤਲਵਾਰ ਅਤੇ ਤੀਰ ਨਾਲ ਗੁਰੂ ਹਰਗੋਬਿੰਦ ਤੋੜ ਨਾ ਜਾਣਦਾ ਹੈ। ਉਹਦੇ ਸਾਵੇਂ ਕੋਈ ਦੁਸ਼ਮਣ ਅੜ ਨਹੀਂ ਸਕਦਾ। ਐਸਾ ਉਹਨਾਂ ਦਾ ਇਤਿਹਾਸ ਹੈ। ਜਿੱਥੇ ਉਹ ਮੁਕਤੀਦਾਤਾ ਨੇ ਝੋਲੀਆਂ ਭਰਨ ਵਾਲੇ ਨੇ, ਉੱਥੇ 52 ਧਾਰ ਦੇ ਰਾਜਿਆਂ ਨੂੰ ਰਿਹਾਅ ਕਰਵਾ ਕੇ ਬੰਦੀ ਛੋੜ ਸਤਿਗੁਰੂ ਵੀ ਅਖਵਾਉਂਦੇ ਨੇ। ਜੇ ਚਾਹੁੰਦਾ ਹੈ ਬੰਧਨਾਂ ਤੋਂ ਨਿਜ਼ਾਕਤ ਮਿਲੇ, ਗੁਰੂ ਗੁਰੂ ਗੁਰ ਕਰ ਮਾਨਾ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਗੁਰੂ ਹਰਗੋਬਿੰਦ ਸਾਹਿਬ ਨੂੰ ਜਪ, ਦੁੱਖਾਂ ਦੇ ਵਿਕਾਰਾਂ ਦੇ ਕਾਮ ਕ੍ਰੋਧ ਲੋਭ ਮੋਹ ਦੇ ਬੰਧਨਾਂ ਤੋਂ ਤੈਨੂੰ ਨਿਜ਼ਾਕਤ ਦਵਾ ਦੇਵੇਗਾ।